ਮੈਂ ਅਕਸਰ ਆਪਣੀ ਵੀਡੀਓਜ਼ ਦੇ ਵਿੱਚ ਕਹਿਣਾ ਹੈ ਕਿ ਸਿੰਘ ਇਜ਼ ਕਿੰਗ, ਸਿੰਘ ਰਾਜਾ ਹੈ। ਔਰ ਇਹ ਗੱਲ ਮੈਂ ਆਪਣੇ ਪੂਰੇ ਦਿਲ ਤੋਂ ਆਖਦਾ ਹਾਂ। ਇਹ ਗੱਲ ਮੈਂ ਕਿਉਂ ਕਹਿਣਾ ਹੈ, ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪ ਜੀ ਨੂੰ ਦੱਸਾਂਗਾ। ਖੈਰ ਪਹਿਲਾਂ ਤੇ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ ਕਰੋ ਕਰੋ ਜਾਣ ਤੋਂ ਜਾਣ ਸੰਗਤ ਜੀ, ਏਦਾਂ ਹੀ ਜਿਹੜਾ ਇਹ ਜਿਹੜਾ ਸੜਕਾਂ ਤੇ ਏਦਾਂ ਹੀ ਨਰ ਕੱਟਦੇ ਫਿਰਦੇ ਨੇ, ਤੁਸੀਂ ਦੇਖੋ ਏਦਾਂ ਹੀ ਤੁਰਦੇ ਨੇ ਜੀ। ਇਹ ਜਿੱਦਾਂ ਹੁਣ ਜਾ ਰਹੇ ਨੇ ਏਦਾਂ ਹੀ ਤੁਰਦੇ ਨੇ ਜੀ। ਅਸਲ ਲੋੜਵੰਦ ਏਦਾਂ ਦੇ ਮਰੀਜ਼ ਹੁੰਦੇ ਨੇ ਜੀ, ਏਦਾਂ ਦੇ ਵੀਰ ਹੁੰਦੇ ਨੇ। ਦੇਖੋ ਤੁਸੀਂ ਏਦਾਂ ਜਿਹੜੀ ਜ਼ਿੰਦਗੀ ਕੱਟਣੀ, ਲੋੜ ਵੀ ਥੱਲੋਂ ਜਿਹੜੀ ਕਿਸ ਕਿਸ ਕੇ ਪਾਟ ਗਈ ਜੀ, ਆਹ ਦਰਦ ਭਰੀ ਜ਼ਿੰਦਗੀ ਕੱਟਣੀ। ਕਿਤੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜੀ, ਇਹ ਨਰਕ ਭਰੀ ਜ਼ਿੰਦਗੀ ਕੱਟਣੀ ਤੁਸੀਂ ਦੇਖੋ। ਹਾਂ ਠੀਕ ਆ ਬਾਪੂ ਜੀ, ਠੀਕ ਜਾਓ ਜੀ, ਜਾਓ ਜਾਓ, ਪਰੇ ਹੋ ਜਾਓ ਵੀਰੇ, ਰਸਤਾ ਖੋਲ ਦਿਓ ਜੀ, ਜਾਓ ਜੀ, ਜਾਓ ਹੋ ਜਾਓ। ਵਾਹਿਗੁਰੂ ਜੀ, ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ। ਲਓ ਜੀ ਬਸੀ ਪਠਾਣਾ ਦੀ ਸੰਗਤ ਦੇਖੋ ਜੀ, ਬੋਲੋ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਦੀਪਕ ਵੀਰੇ ਕੀ ਹਾਲ ਨੇ? ਦੀਪਕ ਕੁਮਾਰ ਜੀ ਨੇ ਜੀ ਇਹ, ਅਸੀਂ ਬੱਸੀ ਪਠਾਣਾ ਸ਼ਹਿਰ ਦੇ ਵਿੱਚ ਹਾਂ ਜੀ। ਦੀਪਕ ਵੀਰੇ ਤੁਸੀਂ ਖੜੇ ਕਿਉਂ ਨਹੀਂ ਹੁੰਦੇ? ਹਾਂ ਜਾਂਦੇ ਜੀ ਜਾਂਦੇ ਹਾਂ। ਤੁਸੀਂ ਖੜੇ ਕਿਉਂ ਨਹੀਂ ਹੁੰਦੇ ਜੀ ਲੱਤਾਂ ਤੇ? ਖੜੇ ਕਿਉਂ ਨਹੀਂ ਹੁੰਦੇ? ਹਾਂਜੀ ਦੀਪਕ ਵੀਰੇ, ਹਾਂਜੀ ਛੇੜਦੇ ਨਹੀਂ, ਤੁਸੀਂ ਖੜੇ ਕਿਉਂ ਨਹੀਂ ਹੁੰਦੇ ਜੀ? ਦੀਪਕ ਵੀਰੇ ਬਾਬਾ ਜਾਓ ਜੀ, ਜਾਂਦੇ ਹਾਂ ਬਾਬਾ ਜੀ, ਹਾਂ ਜਾਂਦੇ ਜੀ, ਜਾਂਦੇ ਮਹਾਰਾਜ, ਜਾਂਦੇ ਤੁਸੀਂ ਮੇਰੇ ਨਾਲ ਬੈਠੋ, ਜਾਂਦੇ ਲੋ ਤੁਸੀਂ, ਜਾਂਦੇ ਮਹਾਰਾਜ ਮੇਰੇ ਨਾਲ ਬੈਠੋ ਬਾਬਾ। ਨਹੀਂ ਬੈਠਦੇ ਨਹੀਂ ਬਾਬਾ ਜੀ, ਇਹ ਦੀਪਕ ਕੁਮਾਰ ਜੀ ਨੇ ਜੀ, ਸਾਡੇ ਦੀਪਕ ਕੁਮਾਰ ਜੀ। ਅਸੀਂ ਇਸ ਟਾਈਮ ਸੰਗਤ ਜੀ ਬੱਸੀ ਪਠਾਣਾ 'ਚ ਖੜੇ ਹਾਂ ਜੀ, ਸਾਰੀ ਸੰਗਤ ਇਸ ਟਾਈਮ ਸਾਡੀ ਮਦਦ ਲਈ ਆਏ ਨੇ ਜੀ। ਤੁਸੀਂ ਇਸ ਟਾਈਮ ਦੇਖ ਰਹੇ ਹੋ ਸਾਰਾ ਜਿਹੜਾ ਮਹੱਲਾ ਨਿਵਾਸੀ ਜਾਂ ਦੁਕਾਨਾਂ ਵਾਲੇ ਵੀਰ, ਜੋ ਵੀ ਸ਼ਹਿਰ ਵਾਲੇ ਵੀਰ ਨੇ, ਔਰ ਅਸੀਂ ਅੱਜ ਤੋਂ ਸਾਲ ਡੇਢ ਕੁ ਸਾਲ ਪਹਿਲਾਂ ਇੱਕ ਵੀਰ ਨੂੰ ਇੱਥੋਂ ਹੋਰ ਲੈ ਕੇ ਗਏ ਸੀ, ਮੁਖਤਿਆਰ ਸਿੰਘ ਮੁੱਖੇ ਨੂੰ। ਉਹ ਵੀ ਲੋਕਾਂ ਦੇ ਰੋੜੇ ਤੱਕ ਮਾਰਦੇ ਸੀਗੇ ਲੋਕਾਂ ਨੂੰ। ਬਾਬਾ ਮੈਂ ਨਹੀਂ ਜਾਣਾ। ਇਹ ਜਿਹੜਾ ਵੀਰ ਨੇ ਜੀ ਆਪ ਜੀ ਤੁਸੀਂ ਦੇਖ ਰਹੇ ਹੋ, ਕਿਤੇ ਨਹੀਂ ਜਾਣਾ। ਔਰ ਅੱਜ ਦੇ ਹਾਲਾਤ ਇਹਨਾਂ ਦੇ ਕੀ ਬਣ ਚੁੱਕੇ ਨੇ, ਇਹਨਾਂ ਨੂੰ 18 ਸਾਲ ਹੋ ਗਏ, ਇਹ ਰਿੜਕੇ ਤੁਰਦੇ ਨੇ, ਲੱਤਾਂ ਤੇ ਖੜੇ ਨਹੀਂ ਹੋ ਸਕਦੇ ਸੰਗਤ ਜੀ। ਦੀਪਕ ਕੁਮਾਰ ਜੀ ਨੇ ਔਰ ਇਦਾਂ ਹੀ ਜਿਹੜਾ ਇਹ ਸੜਕਾਂ ਦੇ ਉੱਪਰ ਭੱਜੇ ਫਿਰ ਰਹੇ ਨੇ ਜੀ, ਤੁਸੀਂ ਦੇਖੋ। ਹਾਂ ਨਹੀਂ ਠੀਕ ਆ, ਆ ਚਾਹ ਲੈ ਲਓ, ਤੁਸੀਂ ਚਾਹ ਲੈ ਲਓ, ਚਾਹ ਪੀ ਲਓ ਦੀਪਕ ਜੀ। ਫੜ ਕੇ ਲੈ ਜਾ ਸਕਦੇ ਆ, ਧੱਕਾ ਕਰ ਸਕਦੇ ਆ? ਨਹੀਂ ਕਰ ਸਕਦਾ ਬਾਈ, ਕੋਈ ਧੱਕਾ ਨਹੀਂ ਕਰ ਸਕਦਾ ਵੀਰ ਨਾਲ ਦੀਪਕ ਨਾਲ, ਧੱਕਾ ਨਹੀਂ ਕਰਨਾ ਵੀਰੇ। ਆ ਰਸਤੇ ਹੀ ਪਰੇ ਕਰ ਦੇ, ਮੇਰਾ ਰਸਤਾ ਨਾ ਬਲੌਕ ਕਰਿਓ ਦੀਪਕ ਜੀ। ਚਾਹ ਲੈ ਲਓ, ਮੈਂ ਚਾਹ ਵਾਪੀ ਵੀ ਲੂਗਾ ਜੀ। ਪੀ ਲਓ ਜੀ, ਪੀ ਲਓ, ਪੀ ਲਓ ਮਾਰੇ, ਪੀ ਲਓ, ਪੀ ਲਓ ਮਾਰੇ, ਗੁੱਸਾ ਨਾ ਕਰੋ ਮਾਰੇ, ਪੀ ਲਓ। ਹਾਂ ਪੀ ਲਓ, ਪੀ ਲਓ, ਆ ਛੱਡ ਦਿਓ, ਕਲਰ ਛੱਡ ਦਿਓ ਜੀ। ਨਹੀਂ ਨਹੀਂ ਲੈ ਕੇ ਨਹੀਂ ਜਾਂਦੇ ਜੀ ਅਸੀਂ, ਅਸੀਂ ਤਾਂ ਚੈੱਕ ਕਰਨਾ ਹੈ, ਅਸੀਂ ਤਾਂ ਚੈੱਕ ਕਰਨਾ ਹੈ ਜੀ ਇਕੱਲਾ ਤੁਹਾਡੀ ਲੱਤ ਨੂੰ। ਤੁਸੀਂ ਚਾਹ ਪੀ ਲਓ, ਅਸੀਂ ਨਹੀਂ ਲੈ ਕੇ ਜਾਣਾ ਹੈਗਾ, ਸਾਡੇ ਕੋਲ ਪ੍ਰਬੰਧ ਹੀ ਨਹੀਂ ਹੈਗਾ ਬੰਦਾ ਰੱਖਣ ਦਾ ਕੋਈ, ਅਸੀਂ ਤਾਂ ਸਿਰਫ ਦੇਖਣਾ ਵੀ ਲੱਤ 'ਚ ਪ੍ਰੋਬਲਮ ਕੀ ਆ, ਇਹ ਤਾਂ ਫਿਰ ਡਾਕਟਰ ਨੂੰ ਦੱਸਣਾ ਜਾ ਕੇ ਵੀ ਭਾਈ ਦੀਪਕ ਨੂੰ ਇਹ ਪ੍ਰੋਬਲਮ ਆ, ਫਿਰ ਆ ਕੇ ਠੀਕ ਕਰਕੇ ਜਾਣਗੇ। ਤੁਸੀਂ ਚਾਹ ਪੀ ਲਓ, ਪੀ ਲਓ ਜੀ, ਪੀ ਲਓ, ਕਲਰ ਛੱਡ ਦਿਓ ਜੀ, ਕਲਰ ਛੱਡ ਦਿਓ, ਇਹ ਕਲਰ ਨੂੰ ਨਾ ਜੀ ਇੱਦਾਂ। ਹਾਂ ਚਾਹ ਲੈ ਲਓ ਦੀਪਕ ਜੀ, ਰਾਜਵੰਤ ਕੌਣ ਆ ਜੀ? ਰਾਜਵੰਤ, ਅੱਛਾ ਬਾਈ ਸਰ,
ਸਿਪਾਹੀ ਪੁਲਿਸ ਵਾਲਾ, ਪੁਲਿਸ ਵਾਲਾ ਉਹ ਵੀ ਰਾਜਵੰਤ ਜੀ ਆ ਰਿਹਾ, ਨਹੀਂ ਕੋਈ ਜ਼ੁਲਮ ਕਰਿਆ, ਕੋਈ ਨਹੀਂ ਕੁਛ ਜ਼ੁਲਮ ਨਹੀਂ ਕਰਿਆ, ਨਾ ਕੋਈ ਚੱਕਿਆ ਚੋਰ, ਨਾ ਚੋਰ ਡਾਕੂ, ਨਾ ਜੀ ਨਾ ਨਾ ਬਿਲਕੁਲ ਨਹੀਂ, ਕੋਈ ਜ਼ੁਲਮ ਦੇਖੋ ਤੁਸੀਂ ਮੈਨੂੰ ਜੀ ਐ ਨਹੀਂ, ਤੁਸੀਂ ਮੈਨੂੰ ਐ ਨਹੀਂ ਫੜਨ ਫੜ ਕੇ ਦਿਖਾ ਸਕਦੇ, ਹਾਂ ਨਾ ਠੀਕ ਆ ਜੀ ਠੀਕ ਆ ਜੀ, ਮੈਨੂੰ ਕੋਈ ਜ਼ੁਲਮ ਹੈ, ਮੈਂ ਕੋਈ ਜ਼ੁਲਮ ਕਰਿਆ, ਕੋਈ ਜ਼ੁਲਮ ਨਹੀਂ, ਕੋਈ ਜ਼ੁਲਮ ਨਹੀਂ ਕਰਿਆ ਜੀ, ਮੈਂ ਕਹੂੰਗਾ ਕੈਮਰਾਮੈਨ ਨੂੰ ਇੱਧਰ ਆ ਕੇ ਇੱਥੋਂ ਵੀਡੀਓ ਇੱਥੇ ਆ ਕੇ ਬੈਠੇ ਜਾਵੇ, ਨੀਚੇ ਇੱਥੇ ਆ ਕੇ ਨੀਚੇ ਬੈਠ ਬੈਠ ਜਾਓ। ਔਰ ਇੱਦਾਂ ਇਹ ਜਿਹੜੇ ਪਰੇਸ਼ਾਨ ਨੇ ਸੰਗਤ ਜੀ, ਇਹ ਬਸੀ ਪਠਾਣਾ ਦੇ ਵਿੱਚ ਇੱਦਾਂ ਹੀ ਸੜਕਾਂ 'ਤੇ ਭੱਜੇ ਫਿਰਦੇ ਨੇ ਜੀ। ਅਸੀਂ ਇਸ ਟਾਈਮ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਆਇਆ ਜੀ, ਲਚਕਾਣੀ ਪਿੰਡ ਦੇ ਵਿੱਚੋਂ ਆਇਆ ਜੀ, ਆਪਣਾ ਫਰਜ਼ ਸੇਵਾ ਸੁਸਾਇਟੀ ਤੋਂ। ਔਰ ਆਪ ਜੀ ਦੇਖ ਰਹੇ ਹੋ, ਔਰ ਸਾਡੇ ਭਰਾ ਪ੍ਰਿੰਸ ਜੀ ਨੇ ਇਹ ਵੀ ਸੇਵਾ ਕਰਦੇ ਨੇ ਲੋੜਵੰਦ ਮਰੀਜ਼ਾਂ ਦੀ ਜੀ, ਪਰ ਇਸ ਵਕਤ ਅਸੀਂ ਦੀਪਕ ਕੁਮਾਰ ਜੀ ਦੀ ਹੈਲਪ ਲਈ ਆਇਆ ਜੀ, ਇਹਨਾਂ ਦਾ ਹਾਲ ਚਾਲ ਪੁੱਛਣ ਲਈ ਆਏ। ਇਹਨਾਂ ਨੂੰ 18 ਸਾਲ ਹੋ ਗਏ ਸੰਗਤ ਜੀ ਇਸੇ ਨਰਕ ਭਰੀ ਜ਼ਿੰਦਗੀ ਦੇ ਵਿੱਚ ਜਿਹੜਾ ਜੀਂਦਿਆਂ ਨੂੰ, ਇਹਨਾਂ ਦੇ ਬ੍ਰਦਰ ਸਾਡੇ ਕੋਲੇ ਸੀਗੇ ਜੀ ਇੱਥੇ, ਇਹਨਾਂ ਦੇ ਬ੍ਰਦਰ ਨੇ ਜੀ। ਤੁਹਾਡਾ ਕੀ ਨਾਮ ਆ ਜੀ? ਜਤਿੰਦਰ ਕੁਮਾਰ ਜੀ। ਜਤਿੰਦਰ ਕੁਮਾਰ ਜੀ ਕਿੰਨੇ ਸਮੇਂ ਤੋਂ ਇਹ ਹਾਲਾਤਾਂ ਚੱਲ ਰਹੇ ਨੇ? 18 ਸਾਲ ਹੋ ਗਏ। ਇਹ ਫਿਰ ਮਤਲਬ ਇੱਦਾਂ ਰਿੜ ਰਿੜ ਕੀ ਤੁਰਦੇ ਨੇ? ਪਹਿਲਾਂ ਚੱਲਦੇ ਸੀ ਹੈ ਜੀ, ਡੇਢ ਸਾਲ, ਹੁਣ ਡੇਢ ਸਾਲ ਤੋਂ ਮਤਲਬ ਰਿੜ ਰਿੜ ਕੀ ਤੁਰਦੇ ਨੇ? ਇੱਕ ਨੇ ਹੱਥਾਂ 'ਤੇ, ਹੱਥਾਂ 'ਤੇ ਹੈ ਜੀ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਓਕੇ ਜੀ, ਓਕੇ ਓਕੇ, ਠੀਕ ਹੈ ਜੀ। ਬੱਸ ਚੜ੍ਹ ਕੇ ਖਮਾਣੋ, ਓਕੇ ਜੀ, ਠੀਕ ਹੈ ਜੀ, ਠੀਕ ਹੈ, ਚੱਲਦਾ ਨੀ, ਮੈਂ ਡਰ ਬੈਠਿਆ ਵਾ ਜੀ। ਹਾਂਜੀ, ਇਹ ਸਾਡੇ ਕੋਲ ਇੱਦਾਂ ਦੇ ਪਹਿਲਾਂ ਮਰੀਜ਼ ਹੈਗੇ ਜੀ ਜਿਹੜੇ ਸੰਸਥਾ ਦੇ ਵਿੱਚ ਆ ਕੇ ਚੱਲਣ ਲੱਗੇ ਨੇ ਜੀ। ਇਹ ਪ੍ਰੋਬਲਮ ਹੈਗੀ ਆ ਜੀ, ਸਾਡੇ ਕੋਲ ਇੱਕ ਬਜ਼ੁਰਗ ਨੇ, ਉਹ ਹੁਣ ਆਪਣੇ ਆਪ ਚੱਲਣ ਲੱਗ ਗਏ ਜੀ, ਮਤਲਬ ਇਹ ਹੋ ਜਾਂਦਾ ਜੀ, ਗੁਰੂ ਸਾਹਿਬ ਕਿਰਪਾ ਕਰਨਗੇ। ਆਪ ਜੀ ਦੇਖਿਆ ਸੰਗਤ ਜੀ, ਔਰ ਆਪ ਜੀ ਦਾ ਧੰਨਵਾਦ ਸਾਰੀ ਸੰਗਤ ਦਾ ਜੀ, ਔਰ ਸਾਰੇ ਜਿਹੜੇ ਵੀਰ ਖੜੇ ਨੇ ਇਹਨਾਂ ਦਾ ਵੀ ਧੰਨਵਾਦ ਜਿਹੜੇ ਮਦਦ ਕਰਨ ਲਈ ਅੱਗੇ ਆਏ ਨੇ। ਔਰ ਅਸੀਂ ਦੱਸਣਾ ਚਾਹੁੰਦੇ ਹਾਂ, ਜਿਹੜੀ ਸੰਗਤ ਨਵੀਂ ਜੁੜਦੀ ਹੈ, ਅਸੀਂ ਲਚਕਾਣੀ ਪਿੰਡ ਦੇ ਵਿੱਚ ਇੱਕ ਆਸ਼ਰਮ ਚਲਾ ਰਹੇ ਹਾਂ ਜੀ, ਜਿੱਥੇ 100 ਐਸੇ ਰੱਬੀ ਰੂਹਾਂ ਦਾ ਜਿਹੜਾ ਸਾਂਭ ਸੰਭਾਲ ਕੀਤੀ ਜਾ ਰਹੀ ਹੈ, ਜਿਹੜੇ ਮੈਂਟਲੀ ਪਰੇਸ਼ਾਨ, ਜਿਨ੍ਹਾਂ ਨੂੰ ਬੰਧੂਆ ਮਜ਼ਦੂਰੀ ਦੇ ਵਿੱਚੋਂ ਛਡਾਇਆ ਗਿਆ, ਜਿਹੜੇ ਸੜਕਾਂ 'ਤੇ ਨਰਕ ਭਰੀ ਜ਼ਿੰਦਗੀ ਕੱਟਦੇ ਸੀ, ਜਾਂ ਜਿਨ੍ਹਾਂ ਦੇ ਸੰਗਲ ਤੱਕ ਜਿਹੜਾ ਪਰਿਵਾਰਾਂ ਨੇ ਲਾਏ ਹੋਏ ਸੀਗੇ ਜੀ, ਉਦਾਂ ਦੇ ਵੀਰਾਂ ਦੀ ਸਾਂਭ ਸੰਭਾਲ ਉੱਥੇ ਕੀਤੀ ਜਾਂਦੀ ਹੈ ਸੰਗਤ ਜੀ। ਉੱਥੇ ਸਪੋਰਟ ਵੀ ਸਾਰੀ ਸੰਗਤ ਹੀ ਕਰਦੀ ਆ, ਇੱਟਾਂ ਰੇਤਾ ਬਜਰੀ ਸਮਿੰਟ ਸੰਗਤ ਭੇਜਦੀ ਆ, ਤਾਂ ਜੋ ਆਸ਼ਰਮ ਜਿਹੜਾ ਵੱਡਾ ਬਣ ਕੇ ਉਹਦੇ ਵਿੱਚ ਹੋਰ ਦੀਪਕ ਕੁਮਾਰ ਵਰਗੇ ਵੀਰਾਂ ਦੀ ਮਦਦ ਕੀਤੀ ਜਾ ਸਕੇ। ਉੱਥੇ ਰਾਸ਼ਨ ਦੀ ਸੇਵਾ, ਦਵਾਈਆਂ ਦੀ ਸੇਵਾ, ਸੰਗਤ ਜੀ ਇਸ ਵਕਤ ਉੱਥੇ 800 ਜਿਹੜੇ ਲੋੜਵੰਦ ਮਰੀਜ਼ਾਂ ਦਾ ਇਲਾਜ ਜਿਹੜਾ ਚੱਲ ਰਿਹਾ ਜੀ, ਆਪਣਾ ਫਰਜ਼ ਸੇਵਾ ਸੁਸਾਇਟੀ ਲਚਕਾਣੀ ਦੇ ਵਿੱਚ। ਆਪ ਜੀ ਆਉਂਦੇ ਜਾਂਦੇ ਜ਼ਰੂਰ ਉੱਥੇ ਖੜ ਕੇ ਜਾਣਾ, ਸਾਡੇ ਕੋਲ ਐਸੀਆਂ ਰੱਬੀ ਰੂਹਾਂ ਨੇ ਜਿਨ੍ਹਾਂ ਦੀਆਂ ਤੁਸੀਂ ਰੀਅਲ ਸਟੋਰੀਆਂ ਸੁਣ ਕੇ, ਜੋ ਸੱਚ ਉਹਨਾਂ ਦੇ ਸੀਨੇ 'ਤੇ ਉਹਨਾਂ ਦੇ ਉੱਪਰ ਬੀਤਿਆ, ਤਸ਼ੱਦਤ ਹੋਇਆ, ਤਾਂ ਅਸੀਂ ਗਰੰਟੀ ਨਾਲ ਕਹਿੰਦੇ ਇੱਕ ਇੱਕ ਫਿਲਮ ਦੀ ਜਿਹੜੀ ਪੂਰੀ ਮਤਲਬ 10-10 ਘੰਟੇ ਦੀ ਫਿਲਮ ਬਣ ਸਕਦੀ ਇੱਕ ਇੱਕ ਇਨਸਾਨ 'ਤੇ, ਕਿਉਂਕਿ ਇੰਨਾ ਦਰਦ ਉਹਨਾਂ ਨੇ ਝੱਲਿਆ। ਕਈਆਂ ਨੂੰ ਜ਼ਮੀਨਾਂ ਜਾਇਦਾਦਾਂ ਪਿੱਛੇ ਸੰਗਲ ਲਾ ਦਿੱਤੇ ਜਾਂਦੇ ਨੇ ਘਰਾਂ 'ਚ, ਕਈਆਂ ਨੂੰ ਜ਼ਮੀਨਾਂ ਜਾਇਦਾਦਾਂ ਪਿੱਛੇ 10-10 ਸਾਲ ਗੁਸਲਖਾਨੇ 'ਚ ਬੰਦ ਰੱਖਿਆ ਜਾਂਦਾ, ਕਈਆਂ ਨੂੰ ਮਤਲਬ ਮੰਦਬੁੱਧੀ ਬੱਚਿਆਂ ਨੂੰ ਦੀਪਕ ਵਰਗੇ ਵੀਰਾਂ ਨੂੰ ਫੜ ਕੇ ਫਿਰ ਬੰਧੂਆ ਮਜ਼ਦੂਰੀ ਕਰਾਈ ਜਾਂਦੀ ਆ 15-15 ਸਾਲ, ਫਿਰ ਉਹਨਾਂ ਤੋਂ ਮੱਝਾਂ ਦਾ ਗੋਹਾ ਕੂੜਾ ਚੁਕਾਇਆ ਜਾਂਦਾ, ਇੱਦਾਂ ਦੇ ਵੀਰ ਉਹਨਾਂ ਨੂੰ ਘਰਾਂ 'ਚ ਬੰਦ ਕਰ ਕਰਕੇ ਰੱਖਿਆ ਜਾਂਦਾ। ਔਰ ਸਾਡਾ ਜਿਹੜਾ ਇਹ ਕਾਰਜ ਆ ਇੱਕ ਕੀੜੇ ਵਾਲੀ ਬੀਬੀ ਤੋਂ ਸ਼ੁਰੂ ਹੋਇਆ ਸੀ ਸੰਗਤ ਜੀ, ਅਸੀਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ, ਇੱਕ ਸਾਨੂੰ ਬੀਬੀ ਮਿਲੀ ਸੀ ਉਹਦੇ ਸਿਰ ਦੇ ਵਿੱਚ ਕੀੜੇ ਸੀ ਜੀ, ਜਿੱਥੋਂ ਸਾਡੀ ਲਾਈਫ ਬਦਲੀ, ਜਿੱਥੋਂ ਗੁਰੂ ਮਹਾਰਾਜ ਨੇ ਸਾਡੀ ਡਿਊਟੀ ਲਾਈ, ਔਰ ਅੱਜ ਇੱਕ ਮੋਟਰ ਦੇ ਕੋਠੇ ਦੇ ਵਿੱਚੋਂ ਐਡਾ ਵੱਡਾ ਜਿਹੜਾ ਘਰ ਬਣ ਗਿਆ, ਕਿਉਂਕਿ ਅਸੀਂ ਸ਼ੁਰੂ ਇੱਕ ਮੋਟਰ ਦੇ ਕੋਠੇ ਤੋਂ ਹੋਏ ਤੇ ਜੀ, ਅੱਜ ਉੱਥੇ ਬਹੁਤ ਵੱਡਾ ਜਿਹੜਾ ਆਸ਼ਰਮ ਬਣ ਰਿਹਾ ਜੀ। ਅੱਜ ਹੁਣ 100 ਮੈਂਬਰ ਰਹਿ ਰਹੇ, ਹੁਣ 100 ਦਾ ਪ੍ਰਬੰਧ ਹੋਰ ਹੋ ਰਿਹਾ, ਇੱਦਾਂ ਹੀ ਮਤਲਬ ਕਈ ਹਜ਼ਾਰ ਤੱਕ ਇਸ ਕਾਰਜ ਨੇ ਚੱਲ ਜਾਣਾ, ਕਿਉਂਕਿ ਸਾਡੇ ਪੰਜਾਬ ਨੂੰ ਅੱਜ ਲੋੜ ਆ। ਮੈਂ ਕਹੂੰਗਾ ਦੀਪਕ ਵੀਰ ਨੂੰ ਬਹਿ ਕੇ ਦਿਖਾਇਆ ਜਾਵੇ ਇਸ ਹਾਲਾਤਾਂ ਦੇ ਵਿੱਚ, ਵੀਰ ਆਪਣੀ ਜ਼ਿੰਦਗੀ ਸੜਕਾਂ 'ਤੇ ਰਿੜ ਰਿੜ ਕੇ ਜਿਹੜਾ ਕੱਟ ਰਹੇ ਨੇ, ਇਹਨਾਂ ਨੇ ਵਿਆਹ ਨਹੀਂ ਕਰਾਇਆ,
ਔਰ ਇਹਨਾਂ ਦੇ ਬ੍ਰਦਰ ਦਾ ਵੀ ਵਿਆਹ ਨਹੀਂ ਹੋਇਆ, ਇਸ ਕਰਕੇ ਕਿਤੇ ਨਾ ਕਿਤੇ ਇਹ ਪਰਿਵਾਰ ਸਾਂਭਣ ਯੋਗ ਨਹੀਂ ਹੈਗਾ, ਪਰਿਵਾਰ ਨਹੀਂ ਸਾਂਭ ਸਕਦਾ ਇਹਨਾਂ ਨੂੰ ਇਸ ਹਾਲਾਤਾਂ ਦੇ ਵਿੱਚ। ਆਪ ਜੀ ਨੇ ਦੇਖਿਆ ਮਾਤਾ ਪਿਤਾ ਤਾਂ ਚੜ੍ਹਾਈ ਕਰ ਚੁੱਕੇ ਨੇ ਜੀ, ਇਸ ਕਰਕੇ ਜਿਹੜੇ ਇਸ ਹਾਲਾਤਾਂ ਦੇ ਵਿੱਚ ਪਹੁੰਚ ਗਏ, ਦਰਦ ਦੀਆਂ ਠੋਕਰਾਂ ਕਹਿ ਸਕਦੇ ਹਾਂ ਖਾ ਰਹੇ ਨੇ। ਔਰ ਜਿਹੜੀ ਅਸੀਂ ਪਹਿਲਾਂ ਮਰੀਜ਼ ਦੀ ਗੱਲ ਕੀਤੀ ਮੁਖਤਿਆਰ ਸਿੰਘ ਮੁੱਖੇ ਦੀ, ਅਸੀਂ ਉਹਨਾਂ ਨੂੰ ਵੀ ਜਾ ਕੇ ਵੀਡੀਓ ਦੇ ਵਿੱਚ ਐਡ ਕਰਾਂਗੇ ਸੰਸਥਾ ਦੇ ਵਿੱਚ ਜਾ ਕੇ, ਉਹ ਵੀ ਅਸੀਂ ਐਸੇ ਹਾਲਾਤਾਂ ਦੇ ਵਿੱਚ ਲੈ ਕੇ ਗਏ ਸੀ ਜੀ, ਪਰ ਅੱਜ ਦੇ ਹਾਲਾਤ ਉਹਨਾਂ ਦੇ ਬਦਲ ਚੁੱਕੇ ਨੇ। ਉਹ ਵੀ ਬਹੁਤ ਲੋਕਾਂ ਨੂੰ ਮਾਰਦੇ ਸੀਗੇ, ਪਰ ਜਦੋਂ ਹੁਣ ਸੰਸਥਾ ਦੇ ਵਿੱਚ ਕੋਈ ਵੀਰ ਮਿਲਣ ਜਾਂਦੇ ਨੇ ਉਹਨਾਂ ਨੂੰ, ਤਾਂ ਕਈ ਵਾਰੀ ਡਰਦੇ, ਉਹਨਾਂ ਦੇ ਕੋਲੇ ਹਜੇ ਵੀ ਵੀਰ ਨਹੀਂ ਬੈਠਦੇ ਵੀ ਕਿਤੇ ਮਾਰੇ ਨਾ ਸਾਡੇ ਕੋਈ ਚੀਜ਼ ਚੱਕ ਕੇ, ਪਰ ਅੱਜ ਦੇ ਹਾਲਾਤ ਉਹਨਾਂ ਦੇ ਬਦਲ ਚੁੱਕੇ ਨੇ। ਪਹਿਲਾਂ ਉਰੇ ਵੀਰ ਦੱਸਦੇ ਨੇ ਵੀ ਲੋਕਾਂ ਨੂੰ ਮਾਰਨਾ, ਇੱਕ ਬਾਈ ਜੀ ਨੇ ਦੱਸਿਆ ਵੀ ਮੇਰੇ ਇੱਟ ਜਿਹੜੀ ਚੱਕ ਕੇ ਮਾਰੀ, ਪਰ ਅੱਜ ਦੇ ਹਾਲਾਤ ਬੜੇ ਸ਼ਾਂਤ ਤਰੀਕੇ ਨਾਲ ਬਹੁਤ ਸੋਹਣਾ ਇਲਾਜ ਕਰਾ ਰਹੇ ਨੇ ਔਰ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਜ਼ਿੰਦਗੀ ਦਾ ਉੱਥੇ ਆਨੰਦ ਮਾਣ ਰਹੇ ਨੇ ਜੀ। ਹੋਰ ਕੁਛ ਵੀਰਾ ਜੀ ਤੁਸੀਂ ਕਹਿਣਾ ਹੋਵੇ ਜਿਹਨਾਂ ਬਾਰੇ ਦੱਸਣਾ ਹੋਵੇ ਕੀ? ਇੱਧਰ ਆ ਜਾਓ ਵੀਰੇ, ਦੀਪਕ ਜੀ ਚਾਹ ਪੀ ਲਓ, ਚਾਹ ਠੰਡੀ ਹੋ ਗਈ। ਹਾਂ ਅੱਛਾ ਵੀਰੇ, ਮਤਲਬ ਕੀ ਇਹ ਕਾਰਨ ਤੁਸੀਂ ਜਿਹੜਾ ਵੀਰੇ ਇਹ ਮਤਲਬ ਸਾਂਭ ਸੰਭਾਲ ਕਿਉਂ ਨਾ ਹੋਈ ਵੀਰੇ ਵੀਰ ਦੀ ਜੀ, ਕੀ ਦਿੱਕਤ ਹੋ ਗਈ? ਦਿੱਕਤ ਇਹ ਹੈ ਸਰ, ਮੈਂ ਜਾਂਦਾ ਕੰਮ 'ਤੇ। ਅੱਛਾ ਜੀ, ਡਿਊਟੀ 'ਤੇ। ਅੱਛਾ ਜੀ, ਬਿਲਕੁਲ ਸਾਂਭ ਸੰਭਾਲ ਹੁੰਦੀ ਹੋਈ। ਠੀਕ ਹੈ ਵੀਰੇ, ਕਿਸੇ ਪਾਸੇ ਤੋਂ। ਠੀਕ ਹੈ ਵੀਰੇ, ਕਿ ਬਾਹਰ ਲੰਘ ਜਾਂਦਾ ਕਿਸੇ ਨਾ ਕਿਸੇ ਪਾਸੇ, ਮੈਨੂੰ ਡਰ ਰਹਿੰਦਾ। ਠੀਕ ਹੈ ਵੀਰੇ, ਕਿ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਹੋ ਜਾਵੇ। ਠੀਕ ਹੈ ਵੀਰੇ, ਕੋਈ ਬੜੀ ਘਟਨਾ ਨਾ ਹੋ ਜਾਵੇ। ਠੀਕ ਹੈ ਵੀਰੇ, ਇਸ ਕਰਕੇ ਜੀ ਬਿਲਕੁਲ। ਅੱਛਾ ਦੀਪਕ ਜੀ ਤੁਸੀਂ ਖੜੇ ਤਾਂ ਹੋ ਕੇ ਦਿਖਾਓ ਸਾਨੂੰ। ਨਹੀਂ ਜੀ, ਆ ਦੇਖਿਓ ਮਾੜਾ ਖੜਾ ਕਰਕੇ ਦੇਖਿਓ ਵੀਰੇ। ਨਹੀਂ ਨਹੀਂ, ਟੱਕਿਆ ਨਹੀਂ। ਚਾਹ ਭਰੇ ਕਰੋ, ਚਾਹ ਭਰੇ, ਚਾਹ ਭਰੇ ਕਰ ਦੋ। ਕੋਈ ਨਾ ਮਾੜਾ ਜਿਹਾ ਕਰੂਗਾ, ਕੋਈ ਗੱਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਨਹੀਂ ਚੁੱਕਦਾ, ਕੋਈ ਨਹੀਂ ਚੁੱਕਦਾ, ਮਾੜਾ ਜਿਹਾ ਵੀਰੇ ਘੇਰਾ ਖੋਲੋ ਯਾਰ, ਵੀਰੇ ਤੁਸੀਂ ਮਾੜਾ ਇੱਧਰ ਆਓ, ਘੇਰਾ ਤਾਂ ਖੋਲੋ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਜਾਣ ਦਿਓ ਜਾਣ ਦਿਓ ਜਾਣ ਦਿਓ ਵੀਰੇ ਵੀਰੇ, ਉਹ ਵੀਰੇ ਆਪੀ ਬਾਈ ਖੜੋ, ਵੀਰੇ ਵੀਰੇ ਭਾਈ ਇੱਕ ਮਿੰਟ ਦਾ ਰੁਕ ਜਾਓ ਪਲੀਜ਼, ਜਾਣ ਦਿਓ ਵੀਰ ਨੂੰ, ਇੱਕ ਮਿੰਟ ਵੀਰੇ ਇੱਕ ਮਿੰਟ, ਮਾੜਾ ਖੋਲਿਓ ਜੀ, ਜਾਓ ਜੀ ਜਾਓ 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 ਜਾਓ, ਜਾਣ ਦਿਓ ਜਾਣ ਦਿਓ। ਸੰਗਤ ਜੀ ਇੱਦਾਂ ਹੀ ਜਿਹੜਾ ਇਹ ਜਿਹੜਾ ਸੜਕਾਂ 'ਤੇ ਇੱਦਾਂ ਹੀ ਨਰ ਕੱਟਦੇ ਫਿਰਦੇ ਨੇ, ਤੁਸੀਂ ਦੇਖੋ ਇੱਦਾਂ ਹੀ ਤੁਰਦੇ ਨੇ ਜੀ, ਇਹ ਜਿੱਦਾਂ ਹੁਣ ਜਾ ਰਹੇ ਨੇ ਇੱਦਾਂ ਹੀ ਤੁਰਦੇ ਨੇ ਜੀ, ਅਸਲ ਲੋੜਵੰਦ ਇੱਦਾਂ ਦੇ ਮਰੀਜ਼ ਹੁੰਦੇ ਨੇ ਜੀ, ਇੱਦਾਂ ਦੇ ਵੀਰ ਹੁੰਦੇ ਨੇ। ਦੇਖੋ ਤੁਸੀਂ ਇੱਦਾਂ ਜਿਹੜੀ ਜ਼ਿੰਦਗੀ ਕੱਟਣੀ, ਲੋਰ ਵੀ ਥੱਲੋਂ ਜਿਹੜੀ ਕਿਸ ਕਿਸ ਕੇ ਪਾਟ ਗਈ ਜੀ, ਆਹ ਦਰਦ ਭਰੀ ਜ਼ਿੰਦਗੀ ਕੱਟਣੀ, ਕਿਤੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜੀ, ਇਹ ਨਰਕ ਭਰੀ ਜ਼ਿੰਦਗੀ ਕੱਟਣੀ ਤੁਸੀਂ ਦੇਖੋ। ਹਾਂ ਠੀਕ ਆ ਬਾਪੂ ਜੀ, ਠੀਕ ਆ ਜੀ, ਠੀਕ ਆ ਠੀਕ ਆ। ਦੀਪਕ ਕੁਮਾਰ ਜੀ ਗੁੱਸਾ ਕਰ ਰਹੇ ਨੇ ਸਾਡੇ 'ਤੇ, ਬਾਲ ਵੀ ਜਿਹੜਾ ਜਟਾਂ ਬਣ ਚੁੱਕੇ ਨੇ ਜੀ। ਹਾਂ ਠੀਕ ਆ ਜੀ, ਠੀਕ ਆ ਦੀਪਕ ਜੀ, ਅਸੀਂ ਚਲੇ ਜਾਂਦੇ ਹਾਂ ਜੀ, ਜਾਂਦੇ 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 ਜੀ, ਜਾਂਦੇ ਜੀ ਜਾਂਦੇ ਹਾਂ। ਹਾਂ ਠੀਕ ਹੈ ਜੀ, ਹਾਂ ਜਾਂਦੇ ਜੀ ਜਾਂਦੇ ਵੀਰੇ, ਰਸਤਾ ਦੇ ਦਿਓ ਜੀ ਦੀਪਕ ਬਾਈ ਨੂੰ, ਰਸਤਾ ਦੇ ਦਿਓ ਜੀ, ਜਾਓ ਜੀ ਜਾਓ ਘਰੇ ਜਾਓ ਜੀ, ਹਾਂ ਲੰਘ ਜਾਓ ਜੀ ਘਰੇ, ਜਾਣ ਦਿਓ ਜੀ ਦੀਪਕ ਵੀਰ ਨੂੰ, ਜਾਓ ਜੀ ਜਾਓ ਜਾਓ ਪਰੇ ਹੋ ਜਾਓ ਵੀਰੇ, ਰਸਤਾ ਖੋਲ ਦਿਓ ਜੀ, ਜਾਓ ਜੀ ਜਾਓ। ਘਰ ਕਿੱਥੇ ਆ ਦੀਪਕ ਵੀਰ ਦਾ? ਹਾਂ ਘਰ ਕਿੱਥੇ ਗਾ ਤੁਹਾਡਾ ਜੀ? ਅੱਛਾ ਕਿਹੜਾ ਮਹੱਲਾ? ਚਲੋ ਜਾਓ ਜੀ ਜਾਓ ਜਾਓ ਜੀ ਜਾਓ, ਹਾਂ ਠੀਕ ਆ ਜੀ, ਜਾਣ ਦਿਓ ਵੀਰੇ, ਕੋਈ ਰੋਕਿਓ ਨਾ ਯਾਰ, ਕੋਈ ਬੰਦਾ ਨਾ ਰੋਕਿਓ, ਦੀਪਕ ਬਾਈ ਨੇ ਘਰ ਜਾਣਾ ਆਪਦੇ ਦੱਸ। ਹਾਂ ਚਲੋ ਜੀ, ਚਲੋ ਵੀਰੇ ਚਲੋ ਜੀ, ਇੱਕ ਤਾਂ ਤੁਸੀਂ ਆਓ, ਦੋ ਤਿੰਨ ਜਾਣੇ ਆਓ ਕਿਹੜੇ ਜੀ ਜੀ ਜੀ, ਇੱਕ ਮਿੰਟ ਇੱਕ ਮਿੰਟ ਵੀਰੇ, ਮਾੜਾ ਖੜੇ ਖੜੇ ਹੋ ਕੇ ਦਿਖਾਓ ਜੀ, ਖੜੇ ਹੋ ਕੇ ਦਿਖਾਓ ਜੀ, ਹੱਥ ਥੋੜੇ ਮਜ਼ਬੂਤ ਕਰਕੇ ਪ੍ਰਿੰਸ ਜੀ, ਆਇਓ ਚੱਕ ਲਓ ਪ੍ਰਿੰਸ ਜੀ, ਹੋ ਜੁਰਗ ਵੀ ਅੱਗੇ ਹੋ ਜਾਓ, ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਤੁਸੀਂ ਦੇਖ ਰਹੇ ਹੋ, ਹਾਂਜੀ
ਚਲੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਅਗਲਾ ਜਿਹੜਾ ਜੀਵਨ ਆ ਉਹ ਚੰਗਾ ਹੋ ਸਕੇ ਜੀ। ਉਹ ਮਤਲਬ ਆਉਣ ਵਾਲਾ ਸਮੇਂ ਵਾਸਤੇ ਅਸੀਂ ਜਿਹੜੀ ਇਹ ਸਾਰਾ ਹਿੰਮਤ ਲਈ ਆਉਣ ਵਾਲੇ ਸਮੇਂ ਵਾਸਤੇ ਅਸੀਂ ਜਿਹੜਾ ਉਰੇ ਇਹ ਸੇਵਾ ਲਈ ਪਹੁੰਚੇ ਜੀ, ਤਾਂ ਜੋ ਅਗਲਾ ਜਿਹੜਾ ਜੀਵਨ ਉਹ ਚੰਗਾ ਹੋ ਸਕੇ। ਇਹਨਾਂ ਦਾ ਲੱਤਾਂ ਵੀ ਇਹਨਾਂ ਦੀਆਂ ਜੁੜ ਚੁੱਕੀਆਂ ਨੇ ਜੀ। ਵਾਹਿਗੁਰੂ ਵਾਹਿਗੁਰੂ ਜੀ ਵੀਰੇ ਜੀ। ਹਾਂਜੀ ਵੀਰੇ, ਉਹਨਾਂ ਦਾ ਬ੍ਰਦਰ ਸਾਡੇ ਨਾਲ ਹੈ ਜੀ, ਉਹਨਾਂ ਦੇ ਬ੍ਰਦਰ ਸਾਡੇ ਨਾਲ। ਉਹ ਦੱਸ ਰਹੇ ਨੇ ਵੀ 18 ਸਾਲ ਤੋਂ ਜਿਹੜੇ ਨਰਕ ਭਰੀ ਜ਼ਿੰਦਗੀ ਕੱਟ ਰਹੇ ਸੀ, ਉਹ ਵੀ ਪਲ ਪਲ ਮਰਦੇ ਨੂੰ ਨਹੀਂ ਦੇਖ ਸਕਦੇ ਇਹਨਾਂ ਨੂੰ। ਉਹਨਾਂ ਦੇ ਬ੍ਰਦਰ ਨੇ ਵੀ ਸਾਨੂੰ ਇਤਲਾਹ ਦਿੱਤੀ ਹੈ, ਲਿਖਤੀ ਰੂਪ ਦੇ ਵਿੱਚ ਦਿੱਤਾ ਜੀ ਸਾਨੂੰ, ਜਿਹੜੇ ਲਿਖਤੀ ਰੂਪ ਦੇ ਵਿੱਚ ਮਤਾ ਪਾ ਕੇ ਦਿੱਤਾ, ਤਾਂ ਜੋ ਜਿਹੜੀ ਇਹਨਾਂ ਦਾ ਚੰਗਾ ਜੀਵਨ ਔਰ ਚੰਗਾ ਇਲਾਜ ਇਹਨਾਂ ਦਾ ਹੋ ਸਕੇ ਜੀ। ਇਸ ਕਰਕੇ ਅਸੀਂ ਇਹਨਾਂ ਨੂੰ ਲੈਣ ਲਈ ਆਏ ਹਾਂ ਜੀ। ਸਾਨੂੰ ਤਾਂ ਨਹੀਂ ਪਤਾ ਜੀ, ਸਾਨੂੰ ਇਹਨਾਂ ਦੇ ਬ੍ਰਦਰ ਨਹੀਂ ਦੱਸਿਆ ਜੀ ਜੀ। ਹਾਂਜੀ ਹਾਂਜੀ, ਜਿਹੜਾ ਵਿਰੋਧ ਕੀਤਾ ਗਿਆ ਸੀ ਪਰਿਵਾਰ ਵੱਲੋਂ, ਇਸ ਪਰਿਵਾਰ ਵੱਲੋਂ ਜੀ ਨਹੀਂ। ਇਹਨਾਂ ਦੇ ਬ੍ਰਦਰ, ਤੁਸੀਂ ਉਹਨਾਂ ਦੀ ਬਾਈਟ ਜ਼ਰੂਰ ਲਿਓ, ਇਹਨਾਂ ਦੇ ਬ੍ਰਦਰ ਬਿਲਕੁਲ ਨਾਲ ਸਾਡੇ ਇਸ ਟਾਈਮ ਖੜੇ ਨੇ, ਸਾਡੇ ਨਾਲ ਸਾਡੇ ਨਾਲ ਨੇ ਜੀ ਇਸ ਟਾਈਮ। ਤੁਹਾਨੂੰ ਅਸੀਂ ਪਹਿਲਾਂ ਵੀ ਗੱਲ ਕਰਾਈ ਆ ਵੀਰ ਜੀ, ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਆ ਜੀ ਪ੍ਰਿੰਸ ਜੀ ਦੇ ਥਰੂ, ਔਰ ਲਿਖਤੀ ਰੂਪ ਦੇ ਵਿੱਚ ਮਤਾ ਪਾ ਕੇ ਦਿੱਤਾ ਵੀ ਸਾਡਾ ਜਿਹੜਾ ਭਰਾ ਉਹ ਸੜਕਾਂ 'ਤੇ ਇੱਦਾਂ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਵੀ ਇਹਦਾ ਚੰਗਾ, ਆਹ ਦੇਖੋ ਇਹਨਾਂ ਦੇ ਬ੍ਰਦਰ ਨੇ ਜੀ, ਵੀ ਚੰਗਾ ਸਾਂਭ ਸੰਭਾਲ ਇਹਨਾਂ ਦਾ ਹੋ ਸਕੇ ਜੀ। ਅਸਲ ਉੱਥੇ ਦਾ ਜਿਹੜਾ ਜੀਵਨ ਆ, ਜਦੋਂ ਬੰਦਾ ਵੀਰੇ ਸੰਸਥਾ ਦੇ ਵਿੱਚ ਜਾ ਕੇ ਦੇਖਦਾ ਨਾ ਜੀ, ਅਸੀਂ ਮਤਲਬ ਇੰਨਾ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਉੱਥੇ ਇੰਨੀ ਸਾਂਭ ਸੰਭਾਲ ਹੁੰਦੀ ਹੈ, ਮਾਂ ਬਾਪ ਵੀ ਉੰਨੀ ਸਾਂਭ ਸੰਭਾਲ ਨਹੀਂ ਕਰ ਪਾਉਂਦੇ। ਇਸ ਕਰਕੇ ਇਹ ਪਰਿਵਾਰ ਇੱਕ ਥੋੜ੍ਹਾ ਜਿਹਾ ਸੰਗਤ ਜ਼ਿਆਦਾ ਹੋਣ ਕਰਕੇ ਗੱਲ ਨਹੀਂ ਕੀਤੀ। ਹਾਂਜੀ ਵੀਰੇ, ਮੁਖਤਿਆਰ ਸਿੰਘ ਦਾ ਜੀਵਨ ਤੁਸੀਂ ਦੇਖਿਓ, ਬਹੁਤ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦਾ ਜੀਵਨ ਤੁਸੀਂ ਦੇਖਿਓ ਵੀਰੇ। ਆ ਕੇ ਅਸੀਂ ਉਹਨਾਂ ਨੂੰ ਅੱਜ ਸਾਡੇ ਉਰੇ ਆ ਕੇ ਯਾਦ ਆਇਆ ਵੀ ਕਾਸ਼ ਅਸੀਂ ਉਹਨਾਂ ਨੂੰ ਨਾਲ ਲਿਆਉਂਦੇ, ਇੰਨਾ ਠੀਕ ਹੋ ਗਏ, ਆਪਣੇ ਨਾਲ ਵੀ ਆ ਸਕਦੇ ਨੇ ਜੀ ਉਹ। ਅਸੀਂ ਉਰੇ ਆ ਕੇ ਮਹਿਸੂਸ ਕੀਤਾ, ਪਹਿਲਾਂ ਅਸੀਂ ਕਿਸੇ ਪ੍ਰੋਗਰਾਮ 'ਚ ਗਏ ਤੇ ਤਾਂ ਕਰਕੇ ਨਹੀਂ ਲਿਆ ਪਾਏ ਉਹਨਾਂ ਨੂੰ। ਹਾਂ ਦੋਨੇ ਭਰਾ, ਚਲੋ ਜੀ। ਹਾਂ ਬਿਟਾ ਬਿਟਾ, ਵੀਰੇ ਤੁਸੀਂ ਫਿਰ ਦੇ ਦਿਓ ਮੇਰਾ ਭਾਈ ਨਹੀਂ ਅਜੇ ਜਗ੍ਹਾ, ਫਿਰ ਇੱਕ ਮਿੰਟ ਰੁਕ ਦਿਓ, ਰੱਖ ਲਓ ਰੱਖ ਲਓ। ਠੀਕ ਆ ਵੀਰੇ, ਠੀਕ ਆ ਵੀਰੇ, ਠੀਕ ਆ ਵੀਰੇ, ਇੱਕ ਮਿੰਟ ਵੀਰੇ, ਇੱਕ ਮਿੰਟ ਰੁਕੇ ਬਸ, ਇੱਕ ਸੰਗਤ ਥੋੜੀ ਜ਼ਿਆਦਾ ਹੋਣ ਕਰਕੇ ਨਾ ਆਪਾਂ ਗੱਲ ਨਹੀਂ ਕੀਤੀ ਜਾ ਰਹੀ ਪ੍ਰੋਪਰ। ਮਾੜਾ ਸੰਗਤ ਨੂੰ ਕਹੋ ਕੋਈ ਗੱਲ, ਇੱਕ ਮਿੰਟ ਆਇਓ ਮਾੜਾ ਮਾੜਾ ਸਾਈਡ ਤੇ ਹੋ ਜਾਓ ਇੱਕ ਮਿੰਟ ਵੀਰੇ, ਆ ਪਰੇ ਹਟੇ, ਤੰਗ ਨਹੀਂ ਕਰਨਾ। ਹਾਂਜੀ ਸੰਗਤ ਜੀ, ਅਸੀਂ ਹੁਣ ਲਚਕਾਣੀ ਪਿੰਡ ਜਿਹੜਾ ਚੱਲਿਆ ਜੀ ਕੁਮਾਰ ਜੀ ਨੂੰ ਲੈ ਕੇ, ਮੈਂ ਕਹੂੰਗਾ ਧੰਨਵਾਦ ਜੀ ਤੁਹਾਡਾ ਵੀਰੇ, ਗਿਆਨੀ ਜੀ ਬਹੁਤ ਬਹੁਤ ਸ਼ਹਿਰ ਵੱਲੋਂ ਧੰਨਵਾਦ। ਮਾੜੀ ਜੀ ਗੱਲ ਕਰਨ ਦਿਓ ਪਲੀਜ਼ ਪਲੀਜ਼, ਸਾਡੀ ਬੇਨਤੀ ਆ ਵੀਰੇ। ਔਰ ਇਹਨਾਂ ਦੇ ਇਹ ਬ੍ਰਦਰ ਨੇ ਜੀ, ਇਹ ਸਾਡਾ ਭਰਾ ਨੇ ਜੀ, ਔਰ ਇਹ ਵੈਸੇ ਚਲੋ ਥੋੜ੍ਹਾ ਡਰ ਜਾਂਦੇ ਨੇ ਮਹੱਲੇ ਕਈ ਵਾਰੀ ਦੇਖ ਕੇ ਨਾ, ਇੰਨੀ ਸੰਗਤ ਨੂੰ ਬੰਦਾ ਡਰ ਜਾਂਦਾ। ਸੰਗਤ ਜੀ ਆਪ ਜੀ ਨੇ ਦੇਖਿਆ ਇਹਨਾਂ ਨੇ ਕਿੱਦਾਂ, ਇਹ ਚੰਗੇ ਇਹ ਪੜ੍ਹੇ ਲਿਖੇ ਚੰਗੇ ਇਨਸਾਨ ਨੇ, ਚੰਗੇ ਪਰਿਵਾਰ 'ਚੋਂ ਸਮਝਦਾਰ ਨੇ, ਵੈਸੇ ਹੀ ਕਈ ਵਾਰੀ ਅਗਲਾ ਇੰਨੇ ਸੰਗਤ ਦੇ ਵਿੱਚ ਡਰ ਜਾਂਦਾ ਹੁੰਦਾ। ਇਹਨਾਂ ਦੇ ਤੁਸੀਂ ਛੋਟੇ ਹੋ ਜੀ ਇਹਨਾਂ ਤੋਂ ਬ੍ਰਦਰ? ਹਾਂਜੀ, ਇਹਨਾਂ ਦੇ ਤੁਸੀਂ ਕੀ ਕੰਮ ਕਰਦੇ ਹੋ ਜੀ? ਇਹ ਦੁਕਾਨ 'ਤੇ ਲੱਗੇ ਪਏ ਹੋ? ਹਾਂਜੀ, ਅੱਛਾ ਇਹਦੇ ਕਰਕੇ ਕੰਮ ਛੱਡਿਆ ਜੀ, ਕੀ ਮਤਲਬ ਕੀ ਇਹਦੇ ਕਰਕੇ ਕੀ ਛੱਡਣਾ ਪਿਆ ਜੀ? ਓਕੇ ਓਕੇ, ਇਹਨਾਂ ਨੂੰ ਇਸ ਹਾਲਾਤਾਂ 'ਚ ਦੇਖ ਕੇ ਨਾ, ਤੁਸੀਂ ਦੇਖੋ ਸੰਗਤ ਜੀ ਇਸ ਹਾਲਾਤਾਂ ਦੇ ਵਿੱਚ ਜਿਹੜਾ ਇਹਨਾਂ ਦਾ ਕੀ ਨਾਮ ਲਿਆ, ਨੋਨਾ, ਨੋਨਾ ਜੀ ਦੀਪਕ ਕੁਮਾਰ ਨੋਨਾ ਜੀ, ਸੜਕਾਂ 'ਤੇ ਰਿੜ ਰਿੜ ਕੇ ਹੀ ਆਪਣਾ ਜਿਹੜਾ ਨਰਕ ਭਰੀ ਜ਼ਿੰਦਗੀ ਕੱਟਦੇ। ਤੁਸੀਂ ਘਬਰਾਓ ਨਾ, ਤੁਹਾਡਾ ਬ੍ਰਦਰ ਸਾਡੇ ਨਾਲ ਨੇ, ਅਸੀਂ ਤੁਹਾਡੇ ਛੋਟੇ ਭਾਈ ਹਾਂ, ਜਮੀ ਨਾ ਘਬਰਾਓ ਦੀਪਕ ਜੀ, ਤੁਸੀਂ ਉੱਥੇ ਡਰ ਗਏ ਸੀ, ਕੋਈ ਗੱਲ ਨਹੀਂ, ਘਬਰਾਓ ਨਾ ਪਲੀਜ਼, ਘਬਰਾਓ ਨਾ ਤੁਸੀਂ ਸਾਡੇ। ਹਾਂਜੀ ਨਹੀਂ, ਆਪਾਂ ਚੈੱਕਅਪ ਕਰਾ ਕੇ ਨਾ। ਅੱਛਾ ਜੀ ਠੀਕ, ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ? ਸੁਰਿੰਦਰ ਕੁਮਾਰ ਬਾਬਾ। ਸੁਰਿੰਦਰ ਕੁਮਾਰ ਜੀ ਨੇ ਜੀ, ਸਕੇ ਮਾਸੜ ਜੀ,
ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਆਪਾਂ ਤਾਂ ਜੀ ਸਾਰਾ ਪਰਿਵਾਰ ਆਪਣਾ ਇੱਕ, ਘਬਰਾਓ ਨਾ ਤੁਸੀਂ, ਘਬਰਾਓ ਨਾ, ਮੈਂ ਤਾਂ ਮਾਮਾ ਹੀ ਲੱਗਦਾ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ ਜੀ। ਤੇ ਬਹੁਤ ਧੰਨਵਾਦ ਸਾਰੇ ਦਾ ਭਲੇ ਆ ਜੀ ਇਹ। ਜੀ ਬਿਲਕੁਲ ਭਾਜੀ, ਧੰਨਵਾਦ ਤੁਹਾਡਾ ਮਹਾਰਾਜ, ਧੰਨਵਾਦ ਤੁਹਾਡਾ ਜੀ। ਔਰ ਸਾਡੀ ਇਹ ਬੇਨਤੀ ਆ ਸੰਗਤ ਅੱਗੇ, ਉੱਥੇ ਆਇਓ ਸਾਨੂੰ ਮਿਲਣ ਜ਼ਰੂਰ, ਤੁਹਾਨੂੰ ਸਮਝ ਲੱਗੇ ਵੀ ਕਿੱਥੇ ਆਉਂਗਾ ਜੀ, ਗੌਰਵ ਨਾਲ ਜ਼ਰੂਰ ਆਇਓ ਜੀ। ਗੌਰਵ ਐਡਵੋਕੇਟ ਮੁੰਡਾ ਉਹਦੇ ਫਾਦਰ ਸਾਹਿਬ। ਅੱਛਾ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਚਲੇ ਰਹੋਗੇ ਜਾਂ ਹਫਤੇ ਬਾਅਦ ਆਇਆ ਕਰੋ? ਮੈਂ ਹਫਤੇ 'ਚ, ਮਹੀਨੇ 'ਚ ਇੱਕ ਵਾਰ ਜਾਇਆ ਕਰੂੰਗਾ। ਇਹ ਤਾਂ ਜਦੋਂ ਵੀ ਵੀਰੇ ਸੰਸਥਾ ਬੁਲਾਊਗੀ ਨਾ ਇਹਨਾਂ ਨੂੰ, ਦੇਖੋ ਇਹਨਾਂ ਦੀ ਲੋੜ ਕਿੱਥੇ ਆ, ਸਿਰਫ ਜਦੋਂ ਜਦੋਂ ਮਰੀਜ਼ ਠੀਕ ਹੁੰਦਾ ਨਾ, ਉੱਥੇ ਕਿਤੇ ਨਾ ਕਿਤੇ ਉਹਨੂੰ ਪਰਿਵਾਰ ਵੱਲੋਂ ਇੱਕ ਜਿਹੜੀਆਂ ਉਹ ਫੀਲਿੰਗਾਂ ਚਾਹੀਦੀਆਂ ਹੁੰਦੀਆਂ ਨੇ, ਜਦੋਂ ਵੀ ਸੰਸਥਾ ਬੁਲਾਊਗੀ ਹਾਜ਼ਰ ਹੋਣਗੇ। ਆਪਾਂ ਇਹਨਾਂ ਦਾ ਕੰਮ ਕਿਉਂ ਛਡਵਾਈਏ, ਇਹਨਾਂ ਨੂੰ ਕਿਉਂ ਕਹੀਏ ਵੀ ਤੁਸੀਂ ਆਪਣੀ ਦੁਕਾਨਦਾਰੀ ਜਿੱਥੇ ਲੱਗੇ ਵੀ ਉਹ ਕੰਮ 'ਤੇ ਤੁਸੀਂ ਉੱਥੋਂ ਛੱਡ ਕੇ ਆਸ਼ਰਮ, ਨਹੀਂ ਇਹਨਾਂ ਦਾ ਕੰਮ ਨਹੀਂ ਹੈਗਾ ਕੋਈ। ਹਾਂ, ਜਦੋਂ ਸੰਸਥਾ ਬੁਲਾਊਗੀ ਤਾਂ ਇਹਨਾਂ ਨੂੰ ਆਉਣਾ ਪੈਣਾ, ਮਤਲਬ ਕਿਤੇ ਇਹੋ ਜਿਹੀ ਲੋੜ ਨਹੀਂ। ਲੋੜ ਕਿੱਥੇ ਹੁੰਦੀ ਫੀਲਿੰਗਸ ਦੀ, ਕਿਉਂਕਿ ਇਹ ਆਪਣਾ ਜਿਹੜਾ ਢਿੱਡ ਆਪਣੇ ਬ੍ਰਦਰ ਨਾਲ ਹੀ ਫੁੱਲ ਪਾਉਣਗੇ। ਅਸੀਂ ਫਿਰ ਵੀ ਕਿਸੇ ਹੱਦ ਤੱਕ ਇਹਦੇ ਭਰਾ ਬਣ ਕੇ ਚੱਲਣਾ। ਅਸੀਂ ਤੁਹਾਨੂੰ ਵੀ ਮੀਡੀਆ ਨੂੰ ਕਹਾਂਗੇ, ਆਪ ਜੀ ਕਦੇ ਆਉਂਦੇ ਜਾਂਦੇ ਲਚਕਾਣੀ ਪਿੰਡ ਦੇਖ ਕੇ ਜਾਣਾ ਜ਼ਰੂਰ। ਸਾਡੇ ਲਈ ਧਰਤੀ ਦੇ ਸਵਰਗ ਆ ਜੀ, ਇੱਕ ਤੁਸੀਂ ਇਸ ਵੀਰ ਤੁਸੀਂ ਦੇਖ ਲਿਓ, ਅਸੀਂ ਸ਼ੇਅਰ ਕਰਾਂਗੇ ਜਿਹੜਾ ਅਸੀਂ ਪਹਿਲਾਂ ਲੈ ਕੇ ਗਏ ਆਪ ਜੀ ਦੇ ਪੂਰੋਂ, ਵੀਰ ਮੁਖਤਿਆਰ ਸਿੰਘ ਮੁੱਖ ਅੱਜ ਤੋਂ 1.5 ਸਾਲ ਪਹਿਲਾਂ, ਅਸੀਂ ਉਹਦੀ ਵੀ ਫੋਟੋ ਵੀਡੀਓ ਇਸ ਵੀਡੀਓ ਦੇ ਵਿੱਚ ਅਟੈਚ ਕਰਾਂਗੇ। ਆਪ ਜੀ ਪਾਲ ਖਰੌੜ ਨਾਮ ਦਾ ਯੂਟਿਊਬ ਚੈਨਲ, ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟੋਕ, ਜਿੱਥੇ ਵੀ ਆਪ ਜੀ ਦੇਖ ਸਕਦੇ ਹੋ ਤੁਸੀਂ ਦੇਖਿਓ, ਆਪ ਜੀ ਨੂੰ ਪਤਾ ਲੱਗੂ ਵੀ ਕਿੱਦਾਂ ਜੀਵਨ ਬਦਲਦਾ, ਕਿਵੇਂ ਗੁਰੂ ਸਾਹਿਬ ਦੀ ਕਿਰਪਾ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ 'ਤੇ ਔਰ ਸਾਡੇ ਵੀਰੇ ਨਗਰ 'ਤੇ, ਸਾਡੇ ਨਗਰ ਦੇ ਲੋਕਾਂ ਨੇ ਵੀਰੇ ਬੜਾ ਪਿਆਰ ਦਿੱਤਾ ਵੀਰੇ। ਅੱਜ ਸੰਸਥਾ ਇੱਕ ਮੋਟਰ ਦੇ ਕੋਠੇ ਤੋਂ ਬਹੁਤ ਵੱਡਾ ਜਿਹੜਾ ਘਰ ਬਣ ਰਿਹਾ ਜੀ। ਆਪ ਜੀ ਆ ਕੇ ਜਾਇਓ ਜ਼ਰੂਰ, ਤੁਹਾਨੂੰ ਉੱਥੇ 100 ਐਸੀਆਂ ਰੀਅਲ ਸਟੋਰੀਆਂ ਮਿਲਣਗੀਆਂ ਜਿਨ੍ਹਾਂ ਨਾਲ ਅਸਲ ਧੱਕਾ ਹੋਇਆ ਜ਼ਿੰਦਗੀ ਦੇ ਵਿੱਚ, ਜਿਨ੍ਹਾਂ ਦੀਆਂ ਪ੍ਰਾਪਰਟੀਆਂ ਖੋਹ ਲਈਆਂ ਜਾਂਦੀਆਂ ਨੇ। ਅਸੀਂ ਪਹਿਲਾਂ ਵੀ ਗੱਲ ਕੀਤੀ ਜਿਹੜਾ ਇਹਨਾਂ ਦੇ ਜਿਹੜੇ ਹੱਕ ਕਿੱਥੇ ਨੇ, ਦੇਖੋ ਆਮ ਇਨਸਾਨ ਨੂੰ ਕਿੰਨੀਆਂ ਸਹੂਲਤਾਂ ਨੇ ਸਰਕਾਰਾਂ ਵੱਲੋਂ, ਇਹਨਾਂ ਦੀਆਂ ਸਹੂਲਤਾਂ ਕਿੱਥੇ ਨੇ, ਕੋਈ ਹੈਲਪਲਾਈਨ ਨੰਬਰ ਹੈ ਇਹਨਾਂ ਲਈ ਜਿਹਦੇ 'ਤੇ ਬੰਦਾ ਕਾਲ ਕਰਕੇ ਦੱਸ ਦੇ ਵੀ ਇੱਥੇ ਕੋਈ ਅਪਾਹਜ ਬੰਦਾ, ਕੋਈ ਮੈਂਟਲੀ ਡਿਸਟਰਬ ਬੰਦਾ ਹੈਗਾ। ਗੁਰਪ੍ਰੀਤ ਵੀਰੇ ਨੇ ਗੱਲ ਬਿਜਲੀ ਦੀ ਕਰੀ, ਉਹ ਅਸੀਂ ਪੰਜ ਸੱਤ ਕੁ ਫਾਊਂਡੇਸ਼ਨਾਂ ਇਕੱਠੀਆਂ ਹੋ ਕੇ ਇੱਕ ਸਲਾਹ ਕੀਤੀ, ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਇਹ ਚੀਜ਼ਾਂ ਅੱਗੇ ਲੈ ਕੇ ਇਹ ਵੀ ਆਪਾਂ ਸਰਕਾਰ ਅੱਗੇ ਇਹਨਾਂ ਦੇ ਹੱਕ ਰੱਖਣੇ ਨੇ। ਜਿਵੇਂ ਕਿ ਆਪ ਜੀ ਨੂੰ ਬਿਜਲੀ ਫ੍ਰੀ ਮਿਲਦੀ ਆ ਨਾ ਜੀ, ਕੁਛ ਕੁ ਯੂਨਿਟਾਂ ਸਰਕਾਰ ਵੱਲੋਂ ਫ੍ਰੀ ਮਿਲਦੀਆਂ ਨੇ, ਸਾਡੇ ਕੋਲ 100 ਮੈਂਬਰ ਇਸ ਟਾਈਮ ਰਹਿ ਰਹੇ ਆ, ਤੁਸੀਂ ਦੱਸੋ 100 ਮੈਂਬਰਾਂ ਦੀ ਬਿਜਲੀ ਕਿੱਥੇ ਆ ਜੀ? ਸਾਡਾ ਤੁਹਾਨੂੰ ਇੱਕ ਸਵਾਲ ਆ ਜੀ, ਕੀ 100 ਮੈਂਬਰਾਂ ਦੀ ਬਿਜਲੀ ਆਸ਼ਰਮ ਨੂੰ ਫ੍ਰੀ ਆ? ਮੈਂਬਰ ਤਾਂ ਇਹਨਾਂ ਨੂੰ ਹੱਕ ਨਹੀਂ ਹੈਗਾ ਜੀ ਰਹਿਣ ਦਾ। ਫਿਰ ਸਾਡੀ ਇੱਕ ਮੰਗ ਆ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇ ਜਿਹਦੇ 'ਤੇ ਸਾਰੇ ਲੋਕ, ਸਾਡੇ ਭੈਣ ਭਰਾ ਇਤਲਾਹ ਦੇ ਸਕਣ, ਜੇ ਕਿਸੇ ਨਾਲ ਧੱਕਾ ਹੁੰਦਾ ਜਾਂ ਕੋਈ ਐਸੇ ਗੰਦਗੀ ਦੇ ਵਿੱਚ ਸਾਡਾ ਕੋਈ ਭੈਣ ਭਰਾ ਪਿਆ ਹੋਵੇ। ਇਸ ਕਰਕੇ ਇਹ ਚੀਜ਼ਾਂ ਸਰਕਾਰ ਦੇ ਅੱਗੇ ਜ਼ਰੂਰ ਆਪ ਜੀ ਵੀ ਰੱਖੋ ਔਰ ਧੰਨਵਾਦ ਸਾਰੀ ਨਗਰ ਦਾ, ਬੱਸੀ ਪਠਾਣਾ ਦਾ, ਮੀਡੀਆ ਦਾ, ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਮਦਦ ਕੀਤੀ ਜੀ। ਔਰ ਇਹ ਜਿਹੜਾ ਦੀਪਕ ਜੀ ਸਾਡੇ ਨਾਲ, ਜਿਹੜਾ ਸਾਡੇ ਵੱਡੇ ਭਰਾ ਬਣ ਕੇ, ਉਹ ਵੈਸੇ ਹੀ ਘਬਰਾ ਗਏ ਸੀ, ਉਦੋਂ ਹੋ ਜਾਂਦਾ ਇੱਕ ਇਨਸਾਨ ਜਿਹੜੀ ਜ਼ਿੰਦਗੀ ਜੀ ਰਿਹਾ ਉਹਨੂੰ ਇੱਕੋ ਲਖਤ ਦੂਜੀ ਜ਼ਿੰਦਗੀ 'ਚ ਕਨਵਰਟ ਕਰਨ ਲੱਗਿਆ, ਥੋੜ੍ਹਾ ਜਿਹਾ ਬੰਦਾ ਕੀ ਵੀ ਘਬਰਾ ਜਾਂਦਾ। ਪਰ ਇਹਨਾਂ ਨੂੰ ਉੱਥੇ ਜਾ ਕੇ ਪਤਾ ਲੱਗਣਾ ਵੀ ਮੇਰਾ ਜੀਵਨ ਕੀ ਆ, ਮੈਂ ਕਿਹੜੇ ਹਾਲਾਤਾਂ 'ਚ ਪਹੁੰਚ ਗਿਆ, ਫਿਰ ਇਹਨਾਂ ਨੂੰ ਸਮਝ ਲੱਗਣੀ ਆ ਕਿ ਮੇਰੀ ਸੇਵਾ ਹੋ ਰਹੀ ਆ, ਮੇਰੇ ਨਾਲ ਧੱਕਾ ਨਹੀਂ ਹੋ ਰਿਹਾ, ਮੈਨੂੰ ਪਿਆਰ ਕੀਤਾ ਜਾ ਰਿਹਾ, ਅਤੇ ਆਪਣੇ ਆਪ ਆਪਣਾ ਠੀਕ ਹੋ ਕੇ ਆਪਣੇ ਸ਼ਹਿਰ ਆ ਜਾਣਗੇ ਵਾਪਸ ਜੀ। ਅਸੀਂ ਇਹਨਾਂ ਨੂੰ ਰੱਖਣਾ ਨਹੀਂ ਚਾਹੁੰਦੇ ਲਾਈਫ ਟਾਈਮ ਲਈ, ਅਸੀਂ ਤਾਂ ਇਹਨਾਂ ਨੂੰ ਠੀਕ ਕਰਕੇ ਦੁਬਾਰਾ ਇਹਨਾਂ ਦੇ ਪੈਰਾਂ 'ਤੇ ਖੜਾ ਕਰਨਾ ਚਾਹੁੰਦੇ ਹਾਂ। ਅਸੀਂ ਕਿਸੇ ਬੰਦੇ ਨੂੰ ਲਿਜਾ ਕੇ ਉਹਨੂੰ ਲਾਈਫ ਟਾਈਮ ਰੱਖ ਲਈਏ, ਨਹੀਂ ਜੀ, ਅਸੀਂ ਠੀਕ ਕਰਕੇ ਦੁਬਾਰਾ ਇਹਨਾਂ ਨੂੰ ਭੇਜਣਾ ਅਤੇ ਇਹਨਾਂ ਦੀ ਜਗ੍ਹਾ 'ਤੇ ਕਿਸੇ ਹੋਰ ਮੈਂਬਰ ਨੂੰ ਲਿਆ ਕੇ ਸੇਵਾ ਕਰਨੀ ਆ। ਅਸੀਂ ਬੇਨਤੀ ਕਰਾਂਗੇ ਸੰਗਤ ਅੱਗੇ ਆਸ਼ਰਮ 'ਚ ਚੀਜ਼ਾਂ ਦੇ ਰੂਪ 'ਚ ਜ਼ਰੂਰ ਸਪੋਰਟ ਕੀਤੀ ਜਾਵੇ, ਬਿਲਡਿੰਗ ਮਟੀਰੀਅਲ ਦੇ ਰੂਪ 'ਚ, ਤਾਂ ਜੋ ਇਸ ਘਰ ਵੱਡਾ ਬਣ ਸਕੇ ਜੀ। ਧੰਨਵਾਦ ਜੀ, ਹੱਸਦੇ ਵਾਹਦੇ ਰਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਜੀ, ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਟਾਈਮ ਕੱਢ ਕੇ ਆਇਆ ਸਾਡੇ ਕੋਲ, ਬਹੁਤ ਬਹੁਤ ਤੁਹਾਡਾ ਧੰਨਵਾਦ ਭਾਜੀ, ਜੋ ਵੀਰ ਮਾਣਿਆ, ਧੰਨਵਾਦ, ਸ਼ੁਕਰੀਆ ਜੀ, ਪਹਿਲੇ ਸੱਤੇ ਤੁਹਾਡਾ ਸ਼ੁਕਰਾਨਾ ਜੀ। ਸਾਰੇ ਵੀਰ ਖੜੇ ਨੇ ਜੀ, ਚਲੋ ਧੰਨਵਾਦ, ਹੁਣ ਅਸੀਂ ਚਾਲੇ ਪਾਉਂਦੇ ਹਾਂ ਜੀ ਲਚਕਾਣੀ ਪਿੰਡ ਨੂੰ। ਹਾਂਜੀ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਵਾਹਿਗੁਰੂ ਸੱਚਾ ਪਾਤਸ਼ਾਹ ਵਾਹਿਗੁਰੂ। ਸੰਗਤ ਜੀ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ। ਆ ਜਾਓ ਜੀ ਦੀਪ ਕੁਮਾਰ ਜੀ, ਆ ਜਾਓ ਆ ਜਾਓ ਆ ਜਾਓ ਆ ਜਾਓ। ਹੁਣ ਤੁਸੀਂ ਆਪਣੇ ਆਪ ਉੱਤਰ ਕੇ ਦਿਖਾਓ ਸਾਨੂੰ। ਦੇਖੋ ਸੰਗਤ ਜੀ ਤੁਸੀਂ ਕਿੰਨੀ ਔਖੀ ਲਾਈਫ ਹੈ ਇਹਨਾਂ ਦੀ, ਕਿੱਦਾਂ ਬਹਿ ਬਹਿ ਕੇ ਤੁਰਦੇ ਨੇ। ਦੀਪਕ ਕੁਮਾਰ ਜੀ, ਦੀਪ ਕੁਮਾਰ ਜੀ ਤੁਹਾਡਾ ਛੋਟਾ ਨਾਮ ਕੀ ਹੈ ਜੀ? ਤੁਹਾਡਾ ਨੋਨਾ ਜੀ? ਹਾਂਜੀ ਆ ਜਾਓ ਜੀ, ਆ ਜਾਓ ਆ ਜਾਓ ਦੀਪਕ ਜੀ, ਆਪਾਂ ਥੱਲੇ ਕਰਦੇ ਜੀ ਬਾਥਰੂਮ। ਆ ਜਾਓ ਜੀ, ਆ ਜਾਓ ਆ ਜਾਓ ਜੀ। ਉਹ ਆ ਗਏ ਜੀ ਗੱਡੀ 'ਚ ਬੈਠੇ ਨੇ, ਮੂਹਰੇ ਉੱਤਰ ਕੇ ਅੰਦਰ ਵੱਗ ਗਏ ਜੀ। ਆ ਜਾਓ ਆ ਜਾਓ। ਹਾਂਜੀ ਆ ਗਏ ਜੀ, ਆ ਗਏ। ਉਹ ਅੰਦਰ ਚਲੇ ਗਿਆ, ਕੱਪੜੇ ਰੱਖਣ ਗਿਆ ਜੀ। ਹਾਂਜੀ ਕੱਪੜੇ ਰੱਖਣ ਗਿਆ ਜੀ, ਬਾਥਰੂਮ ਆ ਜੀ। ਹਾਂਜੀ ਬਾਥਰੂਮ ਕਰੋ ਜੀ, ਆ ਜਾਓ ਲਿਓ, ਮੈਂ ਤੁਹਾਨੂੰ ਗੋਦੀ ਚੱਕਾਂ ਜੋ। ਅੱਛਾ ਮੈਂ ਥੱਲੇ ਦਾ ਤਾਰਦਾ ਜੀ ਤੁਹਾਨੂੰ ਇੱਕ ਵਾਰੀ। ਹਾਂ ਦੀਪਕ ਜੀ ਮੈਂ ਥੱਲੇ ਤਾਰਦਾ ਇੱਕ ਵਾਰੀ ਆਪ ਜੀ ਨੂੰ। ਹਾਂਜੀ ਕਿ ਤੁਸੀਂ ਵੀਲਚੇਅਰ ਆ ਗਈ, ਇੱਕ ਮਿੰਟ ਜੀ। ਦੇਖੋ ਤੁਸੀਂ ਕਿੱਦਾਂ ਇਹ ਇੱਕ ਨੇ ਬਹਿ ਬਹਿ ਕੇ, ਸੰਗਤ ਜੀ ਆ ਗਏ, ਉਹ ਦੇਖੋ ਕੱਪੜੇ ਅੰਦਰ ਰੱਖਣ ਗਏ ਨੇ। ਮੇਰੇ ਭਾਈ ਆ ਗਏ। ਹਾਂਜੀ ਤੁਹਾਡੇ ਸਾਹਮਣੇ ਤਾਂ ਉਤਰ ਕੇ ਗਏ ਨੇ। ਆ ਦੇਖੋ ਸੰਗਤ ਜੀ ਇਦਾਂ ਹੀ ਦੇਖੋ। ਹਾਂਜੀ ਮੈਂ ਤੁਸੀਂ ਕਹੋਗੇ ਮੈਂ ਉਸੇ ਕਰੂੰਗਾ। ਠੀਕ ਹੈ ਜੀ, ਤੇ ਫਿਰ ਮੇਰਾ ਭਾਈ ਮੇਰੇ ਨਾਲ ਰਹੂਗਾ ਜੀ, ਉਰੀ ਰਹੂਗਾ ਜੀ, ਗੋਰਖਾ ਉਰੀ ਰਹੂਗਾ, ਗੋਰਖਾ ਜੀ ਉਰੀ। ਭਾਈ ਦਾ ਪੱਕਾ ਨਾਮ ਕੀ ਹੈ ਦਾ? ਗੋਰਖੇ ਦਾ? ਗੋਰਖਾ, ਗੋਰਖਾ ਜੀ, ਗੋਰਖਾ ਜੀ ਤੁਹਾਡੇ ਨਾਲ ਰਹੂਗਾ ਜੀ। ਅੱਛਾ ਦੀਪਕ ਜੀ, ਹਾਂ ਤੁਸੀਂ ਕਿਉਂ ਟੈਨਸ਼ਨ ਲੈ ਰਹੀ ਸੀ ਜੀ? ਤੁਸੀਂ ਤਾਂ ਡਰ ਤਾਂ ਨਹੀਂ ਗਏ ਜੀ ਕਿਤੇ? ਹਾਂਜੀ ਸਾ ਤੋਂ ਡਰ ਤਾਂ ਨਹੀਂ ਗਏ ਜੀ ਤੁਸੀਂ? ਉਹ ਮੈਨੂੰ ਨਿਭਾ ਦੂਗਾ। ਉਹ ਨਿਭਾ ਦੂਗਾ ਜੀ, ਠੀਕ ਹੈ ਜੀ, ਇਹਨਾਂ ਦਾ ਬ੍ਰਦਰ ਨਿਭਾਊਗਾ ਜੀ, ਠੀਕ ਹੈ ਜੀ। ਹਾਂਜੀ ਅੰਕਲ ਪਤਾ ਮੈਨੂੰ ਕੌਣ ਮਾਰ ਗਿਆ ਸੀ? ਹਾਂਜੀ ਐਕਸੀਡੈਂਟ ਹੋ ਗਿਆ ਸੀ ਮੇਰਾ। ਅੱਛਾ ਜੀ। ਹਾਂਜੀ ਫਿਰ ਤੁਸੀਂ ਤੁਰਨ ਅੱਛੇ ਉਦੋਂ ਹਟ ਗਏ, ਉਦੋਂ ਪਹਿਲਾਂ ਤੁਰਦੇ ਸੀ ਨਾ ਜੀ? ਹਾਂਜੀ ਪਹਿਲਾਂ ਮੈਂ ਆਪਣੀ ਭੈਣ ਕੋਲ ਗਿਆ ਸੀ ਮਰਿੰਡੇ ਬਾਗਾਂ ਵਾਲੇ ਜੀ। ਅੱਛਾ ਜੀ। ਹਾਂਜੀ ਠੀਕ ਹੈ ਜੀ, ਚਲੋ ਮੇਰਾ ਭਾਈ ਉਹ ਨਿਭਾ ਦੂਗਾ ਮੈਨੂੰ। ਹਾਂ ਉਹ ਨਿਭਾ ਦੂਗਾ ਜੀ ਵੀਰ ਜੀ, ਗੋਰਖਾ ਹੈ ਨਾ ਜੀ, ਲਿਆਓ ਜੀ। ਠੀਕ ਹੈ ਠੀਕ ਹੈ, ਲਿਆਓ ਮੈਂ ਤੁਹਾਨੂੰ ਵੀਲ ਚੇਅਰ 'ਤੇ ਬਿਠਾ ਦਾਂ ਜੋ। ਅੱਛਾ ਜੀ। ਹਾਂਜੀ ਇਹ ਲਓ ਜੀ, ਪਾਇਓ ਹੱਥ ਜੀ ਮਾੜਾ ਜਿਹਾ। ਵਾਹਿਗੁਰੂ ਜੀ, ਇੱਥੇ ਬਿਠਾਓ ਜੀ ਨੂੰ, ਕੁਮਾਰ ਛੱਡ ਦਿਓ, ਕਰ ਲਾ ਪੁੱਤ ਪਰਾਂ ਨੂੰ ਕਰ ਲਾ। ਵਾਹਿਗੁਰੂ, ਹੋ ਜਾਓ ਸੈੱਟ ਹੋ ਜਾਓ ਜੀ, ਛੱਡ ਦਿਓ ਛੱਡ ਦਿਓ। ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ, ਛੱਡ ਦਿਓ ਜੀ, ਛੱਡ ਦਿਓ ਪ੍ਰਦੀਪ ਪੁੱਤ। ਔਰ ਸੰਗਤ ਜੀ ਤੁਸੀਂ ਦੇਖਿਆ ਵੀਰ ਹੋਣੀ ਚੱਲ ਤਾਂ ਨਹੀਂ ਸਕਦੇ, ਆਪ ਜੀ ਦੇਖੋ ਇਸ ਵੀਰ ਦੇ ਬਾਲਾਂ ਦੇ ਕੀ ਹਾਲਾਤ ਨੇ। ਸੰਗਤ ਜੀ ਜਿਹੜਾ ਕੇਸ ਕੋਈ ਕੱਟ ਦਿੰਦਾ ਕਿਤੇ, ਕੋਈ ਜਿਹਦੇ ਕੋਈ ਮਨ ਮਿਹਰ ਪੈ ਜਾਂਦੀ ਆ ਤਾਂ ਉਹ ਕੱਟ ਵੀ ਦਿੰਦਾ, ਨਹੀਂ ਤਾਂ ਮਤਲਬ ਇਹਨਾਂ ਦੇ ਗੰਦਗੀ ਜਿਹੜੀ ਕੇਸਾਂ ਦੇ ਵਿੱਚ ਇਹ ਜੁੜੀਆਂ ਪਈਆਂ ਨੇ, ਮਤਲਬ ਜਟਾਂ ਬਣੀਆਂ ਪਈਆਂ ਨੇ। ਆਪ ਜੀ ਦੇਖ ਰਹੇ ਹੋ ਹਾਲਾਤ ਕੀ ਬਣ ਚੁੱਕੇ ਨੇ ਜੀ ਇਸ ਵੀਰ ਦੇ, ਥੋੜ੍ਹਾ ਜਿਹਾ ਦੂਰ ਤੋਂ ਦਿਖਾਇਆ ਜਾਵੇ ਸੰਗਤ ਜੀ, ਤਾਂ ਜੋ ਭੈਣ ਭਰਾਵਾਂ ਨੂੰ ਇਹ ਹਾਲਾਤ ਸਾਡੇ ਪਤਾ ਲੱਗ ਸਕਣ ਵੀ ਸਾਡਾ ਭਰਾ ਦੀਪਕ ਕਿਹੜੇ ਹਾਲਾਤਾਂ ਦੇ ਵਿੱਚ ਨਰਕ ਭਰੀ ਜ਼ਿੰਦਗੀ ਉੱਥੇ ਕੱਟ ਰਿਹਾ ਸੀਗਾ ਜੀ। ਔਰ ਆਪ ਜੀ ਦੇਖਿਓ ਜੇ ਆਪਾਂ ਇਹਨਾਂ ਨੂੰ ਥੱਲੇ ਤਾਰਾਂਗੇ ਤਾਂ ਇੱਦਾਂ ਮਤਲਬ ਬਹਿ ਬਹਿ ਕੇ ਤੁਰਦੇ ਨੇ, ਜੇਕਰ ਆਪ ਜੀ ਨੇ ਮਹਿਸੂਸ ਕਰਨਾ ਨਾ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਜੀ, ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ। ਆ ਜੋ ਸਿੰਘੋ ਵੀ ਪਤਾ ਲੱਗ ਸਕੇ ਵੀ ਇਹਨਾਂ ਦੀ ਕਿੰਨੀ ਕੁ ਲਾਈਫ ਜਿਹੜੀ ਤੰਗ ਸੀਗੀ ਸੰਗਤ ਜੀ। ਔਰ ਅਸੀਂ ਬੇਨਤੀ ਕਰਦੇ ਹਾਂ ਨਾਲ ਨਾਲ ਤੁਹਾਨੂੰ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਉਹਨਾਂ ਰੂਹਾਂ ਦੇ। ਉਹ ਮੁਖਤਿਆਰ ਸਿੰਘ ਮੁੱਖਾ ਕਿੱਥੇ ਆ ਜੀ? ਮੁਖਤਿਆਰ ਸਿੰਘ ਜੀ, ਮੁਖਤਿਆਰ ਸਿੰਘ ਜੀ, ਮੁਖਤਿਆਰ ਸਿੰਘ ਮੁੱਖਾ ਜੀ ਕਿੱਥੇ ਨੇ? ਮੁਖਤਿਆਰ ਸਿੰਘ ਜੀ ਉੱਧਰ ਬਾਥਰੂਮ ਕਰਦੇ ਹੋਣੇ ਜੀ। ਔਰ ਸੰਗਤ ਜੀ ਆਪ ਜੀ ਦੇਖ ਰਹੇ ਹੋ, ਹਾਂਜੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਇਹ ਵੀਰ ਆ ਨੋਨਾ, ਨੋਨੇ ਵੀਰ ਉੱਧਰ ਦੇਖੋ, ਸੰਗਤ ਤੁਹਾਨੂੰ ਦੇਖ ਰਹੀ ਆ।
ਉਧਰ ਦੇਖੋ ਪਹਿਲਾਂ ਉਧਰ ਦੇਖੋ ਮੇਰੀ ਗੱਲ ਤਾਂ ਸੁਣੋ ਨੋਨੇ ਵੀਰੇ ਉਧਰ ਦੇਖੋ ਪਹਿਲਾਂ ਉਹ ਦੇਖੋ ਥੱਲੇ ਮੈਂ ਕਹੂੰਗਾ ਵੀਰੇ ਬਹਿ ਜਾਣਾ ਥੱਲੇ ਨੋਨੇ ਦਾ ਚਿਹਰਾ ਨੋਨੇ ਵੀਰੇ ਉਧਰ ਦਾ ਦੇਖੋ ਸਾਨੂੰ ਸੰਗਤ ਦੇਖ ਰਹੀ ਹੈ ਬੱਸੀ ਪਠਾਣਾ ਦੀ ਤੁਸੀਂ ਦੱਸੋ ਕਿਹਨੂੰ ਕੀ ਸੁਨੇਹਾ ਲਾਉਣਾ ਚਾਚੇ ਨੂੰ ਤਾਏ ਨੂੰ ਭੂਆ ਨੂੰ ਫੁੱਫੜ ਨੂੰ ਤੁਹਾਡੇ ਨਾਨਕੇ ਕਿਹੜੇ ਪਿੰਡ ਨੇ ਨੋਨੇ ਵੀਰੇ ਹੈਂਜੀ ਚੁੰਨੀ ਤੁਹਾਡੇ ਬੱਸੀ ਪਠਾਣਾ ਤੁਹਾਡਾ ਪਿੰਡ ਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਪਹਿਲਾਂ ਲੱਤਾਂ 'ਤੇ ਖੜੇ ਕਾਹਤੋਂ ਨਹੀਂ ਹੁੰਦੇ ਹੈਗੇ ਬਾਬਾ ਜੀ ਮੈਨੂੰ ਛੱਡ ਦਿਓ ਦੇਖੋ ਹਾਂਜੀ ਤੁਸੀਂ ਖੜੇ ਹੋ ਕੇ ਦਿਖਾਓ ਚਲੋ ਹਾਂ ਘਰੇ ਵਗ ਜਿਓ ਤੁਸੀਂ ਖੜੇ ਹੋ ਕੇ ਦਿਖਾਓ ਲੱਤਾਂ 'ਤੇ ਚਲੋ ਖੜੇ ਹੋ ਕੇ ਦਿਖਾ ਦਿਓ ਲੈ ਲੈ ਖੜੇ ਹੋ ਜਾਓ ਹਾਂ ਥੋੜ੍ਹੇ ਜਿਹੇ ਖੜੇ ਹੋ ਜਿੰਨਾ ਕੁ ਖੜੇ ਹੋ ਸਕਦੇ ਓਨਾ ਕੁ ਹੋ ਜਾਓ ਚਲੋ ਹੋ ਜਾਓ ਜਿੰਨਾ ਕੁ ਹੋ ਸਕਦੇ ਓਨਾ ਕੁ ਹੋ ਜਾਓ ਵਾਹਿਗੁਰੂ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਹੋ ਜਾਓ ਖੜੇ ਹੋ ਜਾਓ ਸੋਨੀ ਹਾਂ ਦੂਜੀ ਲੱਤ ਇੱਕ ਜਣਾ ਸੋਨੀ ਵੀਰੇ ਲੈ ਹੱਥ ਪੜੋ ਸੋਨੀ ਵੀਰੇ ਹੱਥ ਪੜੀ ਵੀਰੇ ਦਾ ਹੱਥ ਪੜ ਲਾ ਵੀਰੇ ਲੈ ਤੁਸੀਂ ਖੜੇ ਹੋ ਜਾਓ ਬਸ ਖੜੇ ਹੋ ਜਾਓ ਲੱਤ ਥੱਲੇ ਲਾ ਲਓ ਥੱਲੇ ਲਾ ਲਓ ਉੱਪਰ ਦੇਖੋ ਨੋਨੇ ਵੀਰੇ ਹਾਂਜੀ ਉੱਪਰ ਦੇਖੋ ਮੇਰੇ ਕਿ ਨਹੀਂ ਦੇਖੋ ਪਹਿਲਾਂ ਇੱਧਰ ਦੇਖਿਓ ਉੱਪਰ ਸਿੱਧੇ ਖੜੇ ਹੋ ਜਾਓ ਮੇਰੇ ਕੋਲ ਦੇਖੀ ਆਹ ਬਲ ਕੱਢ ਲਓ ਛਾਤੀ 'ਚੋਂ ਹਾਂ ਖੜੇ ਹੋ ਜਾਓ ਲੈ ਹੋ ਗਏ ਦਸ ਨੂੰ ਨਾ ਭਾਈ ਮੇਰਾ ਲਓ ਜੀ ਬੱਸੀ ਪਠਾਣਾ ਦੀ ਸੰਗਤ ਦੇਖੋ ਜੀ ਵੀਰ ਸਾਡਾ ਭਰਾ ਚੱਲਦਾ ਜੀ ਖੜਾ ਹੋ ਗਿਆ ਲੱਤ ਦੇ ਉੱਪਰ ਨੋਨੇ ਵੀਰੇ ਖੜੇ ਹੋ ਜਾਓ ਹਾਂ ਲੱਤ ਥੱਲੇ ਲਾ ਲਓ ਵੀਰੇ ਲਾ ਲਓ ਮੇਰੇ ਭਾਈ ਬੋਲੋ ਵਾਹਿਗੁਰੂ ਆਹ ਪ੍ਰਦੀਪ ਹੱਥ ਪਾਓ ਪੁੱਤ ਤੁਰੇ ਆ ਕੇ ਲਾਡੀ ਉੱਧਰ ਨੂੰ ਹੋ ਜਾਓ ਮਾੜਾ ਜਿਹਾ ਵੀਰੇ ਹੱਥ ਪਾਓ ਜੀ ਸਿੱਧਾ ਖੜਾ ਕਰੋ ਨੋਨੇ ਨੂੰ ਕਰੋ ਜੀ ਬੋਲੋ ਵਾਹਿਗੁਰੂ ਜੀ ਖੜੇ ਹੋ ਜਾਓ ਸਿੱਧਾ ਜੀ ਉੱਪਰ ਦੇਖੋ ਤੁਸੀਂ ਉੱਪਰ ਦੇਖੋ ਜੀ ਬੋਲੋ ਸਤਿ ਨਾਮ ਵਾਹਿਗੁਰੂ ਸਿੱਧੇ ਖੜੇ ਹੋ ਜਾਓ ਜੀ ਹੋ ਜਾਓ ਸਿੱਧੇ ਖੜੇ ਹੋ ਜਾਓ ਨੋਨਾ ਉੱਪਰ ਦੇਖੋ ਨੋਨੇ ਵੀਰੇ ਲਓ ਜੀ ਨੋਨਾ ਪਿਛਲੇ ਕਈ ਸਾਲਾਂ ਤੋਂ ਬੱਸੀ ਪਠਾਣਾ ਦੀਆਂ ਸੜਕਾਂ 'ਤੇ ਬਹਿ ਕੇ ਤੁਰਦਾ ਸੀ ਜੀ ਅੱਜ ਤੁਸੀਂ ਦੇਖੋ ਇੱਕ ਲੱਤ 'ਤੇ ਇਹਦਾ ਵਜਨ ਆਇਆ ਵਾ ਇਹ ਵੀਰ ਉਹਨਾਂ ਨੇ ਮਾੜਾ ਜਿਹਾ ਸਹਾਰਾ ਜ਼ਰੂਰ ਦਿੱਤਾ ਵਾ ਬਾਹਾਂ ਨੂੰ ਵੀ ਡਿੱਗਣਾ ਜਾਵੇ ਨੋਨੇ ਵੀਰੇ ਖੜੇ ਹੋ ਕੇ ਦਿਖਾਓ ਚੱਲ ਕੇ ਦਿਖਾਓ ਚਲੋ ਆਹ ਲੱਤ ਸਿੱਧੀ ਕਰ ਲਓ ਜੀ ਹੁੰਦੀ ਨਹੀਂ ਜੀ ਠੀਕ ਆ ਕੋਈ ਗੱਲ ਨਹੀਂ ਆਹ ਲੱਤ ਸਿੱਧੀ ਕਰ ਲਓ ਫਿਰ ਸਿੱਧੀ ਕਰ ਲਓ ਇਹ ਹਾਂਜੀ ਆਹ ਠੀਕ ਆਹ ਦੂਜੀ ਵੀ ਲਾ ਕੇ ਦਿਖਾਓ ਜੀ ਥੱਲੇ ਹਾਂ ਹੌਲੀ ਠੀਕ ਆ ਖੜੇ ਰਹੋ ਆਪਾਂ ਤੁਹਾਡੇ ਲਈ ਪ੍ਰਬੰਧ ਕਰਾਂਗੇ ਪੂਰਾ ਖੜਨ ਦਾ ਠੀਕ ਹੈ ਜੀ ਹੌਲੀ ਹਾਂ ਹੋ ਜਾਓ ਖੜੇ ਹੋ ਜਾਓ ਜੀ ਹਾਂ ਬੋਲੋ ਵਾਹਿਗੁਰੂ ਬੋਲੋ ਵਾਹਿਗੁਰੂ ਜੀ ਹੋ ਜਾਓ ਲਿਆਓ ਜੀ ਸਟੈਂਡ ਲੈ ਕੇ ਆਓ ਜੀ ਵੀਰ ਵਾਸਤੇ ਲੈ ਨੋਨਾ ਭਾਈ ਸਾਡਾ ਚੱਲਦਾ ਦੇਖੋ ਲੈ ਜਦੋਂ ਚੱਲਣ ਲੱਗ ਗਿਆ ਜਦੋਂ ਇਹਨੂੰ ਪਿੰਡ ਭੇਜੋ ਤਾਂ ਠੀਕ ਤਾਂ ਹੈਗਾ ਦੱਸੋ ਲੈ ਪਾਓ ਹੱਥ ਪਾਓ ਜੀ ਪਾਓ ਹੱਥ ਨੋਨੇ ਵੀਰੇ ਹਾਂਜੀ ਦੋਨੇ ਲੱਤਾਂ ਥੱਲੇ ਲਾ ਲਓ ਨੋਨੇ ਵੀਰੇ ਲੱਗਦੀਆਂ ਨਹੀਂ ਹੈਗੀਆਂ ਚਲੋ ਇੱਕ ਲੱਤ ਸਿੱਧੀ ਕਰ ਦਿਓ ਛੱਡ ਦਿਓ ਜੀ ਹੁਣ ਨੋਨਾ ਇਕੱਲਾ ਤੁਰੂਗਾ ਇਹਦੇ ਨਾਲ ਲੱਤ ਨਾਲ ਚਲੋ ਜੀ ਹਾਂਜੀ ਨੋਨੇ ਵੀਰੇ ਚਲੋ ਸੋਨੀ ਉੱਧਰਲੇ ਪਾਸੇ ਖੜ ਜਾ ਵੀਰੇ ਹਾਂ ਖੜ ਜਾ ਲੈ ਉਰੀ ਖੜ ਜਾਓ ਨੋਨੇ ਵੀਰੇ ਤੁਰੋ ਨਾ ਤੁਸੀਂ ਸਿੱਧੇ ਖੜ ਕੇ ਦਿਖਾਓ ਮੈਨੂੰ ਸਿੱਧੇ ਹੋ ਜਾਓ ਵੈਰੀ ਗੁੱਡ ਲੈ ਲੱਤ 'ਤੇ ਵਜਨ ਦੇ ਲਓ ਪੂਰਾ ਹਾਂ ਸੋਨੀ ਮਾੜਾ ਜਿਹਾ ਸਹਾਰਾ ਰੱਖੀ ਵੀਰੇ ਨਾਲ ਲਓ ਦੇਖੋ ਸੰਗਤ ਜੀ ਬੱਸੀ ਪਠਾਣਾ ਦੀ ਸੰਗਤ ਨੋਨੇ ਨੂੰ ਤੁਸੀਂ ਦੇਖ ਰਹੇ ਹੋ ਹਾਲ ਤਾਂ ਅਸੀਂ ਵੈਸੇ ਹੀ ਗੱਲਾਂ ਕਰਦੇ ਹੀ ਜਿਹੜਾ ਹਿੰਮਤ ਦੇ ਨਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਇਸ ਵੀਰ ਨੂੰ ਜਦੋਂ ਪ੍ਰੈਕਟਿਸ ਹੋਣੀ ਆ ਡਾਕਟਰਾਂ ਨੇ ਇਲਾਜ ਕਰਨਾ ਐਕਸਰਸਾਈਜ਼ ਦੱਸਣੀ ਆ ਤਾਂ ਬੜੀ ਜਲਦੀ ਜਿਹੜਾ ਵੀਰ ਇਹ ਨੋਨਾ ਚੱਲਣ ਲੱਗ ਜੂਗਾ ਆਪਣੀ ਜ਼ਿੰਦਗੀ ਜੀਊਗਾ ਜੀ ਨੋਨੇ ਵੀਰੇ ਲੱਤ 'ਤੇ ਪੂਰਾ ਵਜਨ ਆ ਗਿਆ ਹੈ ਨਾ ਹਾਂ ਸਿੱਧੇ ਖੜੇ ਹੋਵੋ ਪਹਿਲਾਂ ਸਿੱਧੇ ਹੋਵੋ ਉੱਪਰ ਨੂੰ ਹੋ ਜਾਓ ਆਹ ਉੱਪਰ ਕਰ ਲਓ ਮੂੰਹ ਉੱਪਰ ਕਰ ਲਓ ਆਹ ਬਲ ਕੱਢ ਲਓ ਢੂਹੀ 'ਚੋਂ ਬਲ ਕੱਢ ਲਓ ਹਾਂ ਇੱਥੇ ਖੜੋ
ਦੇਖੋ ਮੇਰੇ ਕਿੰਨੀ ਹੁਣ ਦੇਖੋ ਮੇਰੇ ਕਿੰਨੀ ਦੇਖੋ ਲਓ ਜੀ ਸੰਗਤ ਜੀ ਸੋਨੀ ਦੇਖ ਲੈ ਮੈਨੂੰ ਉਹਨਾਂ ਦਾ ਚੱਲ ਲੈਂਦਾ ਯਾਰ ਨੋਨੇ ਵੀਰੇ ਉੱਪਰ ਦੇਖੋ ਮਾੜਾ ਜਾ ਉੱਪਰ ਦੇਖੋ ਕਿੰਨੇ ਤੁਸੀਂ ਯਾਰ ਘੈਂਟ ਲੱਗ ਰਹੇ ਹੋ ਵੀਰੇ ਉੱਪਰ ਦੇਖੋ ਮਾੜਾ ਜਾ ਦੇਖੋ ਹਾਂ ਮੈਂ ਛੱਡ ਕੇ ਆਊਂਗਾ ਨੋਨੇ ਵੀਰੇ ਜਦੋਂ ਤੁਸੀਂ ਮੈਨੂੰ ਤੁਰ ਕੇ ਦਿਖਾਤਾ ਨਾ ਤੁਰ ਕੇ ਦਿਖਾਤਾ ਜਦੋਂ ਤੁਸੀਂ ਨਾਲ ਦੀ ਨਾਲ ਮੈਂ ਗੱਡੀ 'ਚ ਲੈ ਜਾਣਾ ਤੁਹਾਨੂੰ ਫਿਰ ਆਪਾਂ ਕਾਹਤੋਂ ਰੱਖਣਾ ਆਪਾਂ ਤਾਂ ਸਿਰਫ ਤੁਹਾਨੂੰ ਤਾਂ ਲੈ ਕੇ ਆਏ ਵੀ ਜਦੋਂ ਤੁਸੀਂ ਚੱਲਦੇ ਨਹੀਂ ਹੈਗੇ ਜਦੋਂ ਤੁਸੀਂ ਚੱਲ ਪਏ ਨਾ ਤੁਹਾਨੂੰ ਜਦੇ ਗੱਡੀ 'ਚ ਬਿਠਾ ਕੇ ਪਿੰਡ ਛੱਡ ਆਉਣਾ ਆਪਾਂ ਨੇ ਠੀਕ ਹੈ ਜੀ ਹਾਂ ਨੋਨੇ ਵੀਰੇ ਠੀਕ ਹੈ ਵੀਰੇ ਤੁਸੀਂ ਮੈਨੂੰ ਇੱਕ ਵਾਰੀ ਨਹੀਂ ਤੁਸੀਂ 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 ਨੋਨੇ ਵੀਰੇ ਸਿੱਧਾ ਖੜੇ ਹੋਵੋ ਸਿੱਧੇ ਖੜੇ ਹੋਵੋ ਸਿੱਧੇ ਖੜੇ ਹੋ ਹਾਂ ਠੀਕ ਹੈ ਜੀ ਹਾਂ ਛੱਡ ਕੇ ਆਉਣਾ ਜੀ ਤੁਸੀਂ ਮੈਨੂੰ ਜਦੋਂ ਤੁਰ ਕੇ ਦਿਖਾਤਾ ਜਦੋਂ ਮੈਨੂੰ ਤੁਸੀਂ ਤੁਰ ਕੇ ਦਿਖਾਤਾ ਨਾ ਨੋਨੇ ਵੀਰੇ ਮੈਨੂੰ ਜਦੋਂ ਤੁਰ ਕੇ ਦਿਖਾਤਾ ਤੁਸੀਂ ਜਦੇ ਫਿਰ ਮੈਂ ਗੱਡੀ ਦੇ ਵਿੱਚ ਐਂਬੂਲੈਂਸ ਦੇ ਵਿੱਚ ਬਿਠਾਉਣਾ ਤੁਹਾਨੂੰ ਬਸੀ ਤਾਰੇ ਹੋਣਾ ਜਿੱਥੋਂ ਲੈ ਕੇ ਆਏ ਹੋ ਉੱਥੇ ਹੀ ਛੱਡੇ ਆਉਣਾ ਮੈਨੂੰ ਤਾਂ ਤੁਸੀਂ ਤੁਰ ਕੇ ਦਿਖਾ ਦਿਓ ਬਸ ਇੱਕ ਵਾਰੀ ਜਦੋਂ ਤੁਸੀਂ ਤੁਰ ਲਓਗੇ ਫਿਰ ਮੈਂ ਤੁਹਾਨੂੰ ਕਾਹਦੇ ਲਈ ਰੱਖਣਾ ਵੀਰੇ ਆਪਾਂ ਤਾਂ ਸਿਰਫ ਇਕੱਲਾ ਤੁਹਾਨੂੰ ਤੋਰ ਕੇ ਦੇਖਣਾ ਫਿਰ ਤੁਸੀਂ ਆਪਣਾ ਘਰੇ ਜਾਇਓ ਠੀਕ ਨਹੀਂ ਨੋਨੇ ਵੀਰੇ ਲੈ ਚੱਲ ਕੇ ਦਿਖਾਓ ਚਲੋ ਆਹ ਬਲ ਕੱਢੋ ਢੂਹੀ 'ਚੋਂ ਜੀ ਬਲ ਕੱਢੋ ਤੁਸੀਂ ਡਰਦੇ ਹੀ ਖੜੇ ਹੋਏ ਦੱਸੋ ਕਿੰਨੇ ਸਾਲ ਤੋਂ ਤੁਸੀਂ ਬਹਿ ਕੇ ਤੁਰਦੇ ਸੀ ਇੱਕ ਨੇ ਹਾਂਜੀ ਕਿੰਨੇ ਕੁ ਸਾਲਾਂ ਤੋਂ ਪਹਿਲਾਂ ਆਪ ਇੱਕ ਭੈਣ ਕੋ ਰਹਿੰਦਾ ਜੀ ਠੀਕ ਹੈ ਜਿੰਦੇ ਬਾਗਾਂ ਵਾਲੇ ਜੀ ਠੀਕ ਹੈ ਠੀਕ ਹੈ ਠੀਕ ਹੈ ਥੋੜ੍ਹਾ ਚਪਲਾ ਕਰਦੇ ਮੈਨੂੰ ਮੇਰੀ ਭੈਣ ਕੋ ਛੱਡਿਓ ਮੈਨੂੰ ਹਾਂਜੀ ਮੈਂ ਛੱਡ ਕੇ ਆਉਣਾ ਉੱਥੇ ਮੇਰੇ ਬਾਗਾਂ 'ਚ ਛੱਡਿਓ ਹਾਂਜੀ ਭੈਣ ਕੋਲ ਸੋਨੀ ਵੀਰੇ ਇੱਧਰ ਹੋ ਜਾਓ ਮਾੜਾ ਜਿਹਾ ਇੱਧਰ ਇੱਧਰ ਹੋ ਸੋਨੀ ਵੀਰੇ ਵਾਹਿਗੁਰੂ ਲੈ ਦੇਖ ਸਕ ਨੋਨਾ ਦਾ ਚੱਲਦਾ ਜੀ ਲਓ ਜੀ ਸੰਗਤ ਜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਬਸੀ ਪਠਾਣਾ ਦੀ ਸੰਗਤ ਜ਼ਰੂਰ ਨੋਨੇ ਵੀਰ ਨੂੰ ਦੇਖੋ ਨੋਨੇ ਵੀਰ ਨੂੰ ਅਸੀਂ ਗੱਲਾਂ ਗੱਲਾਂ 'ਚ ਹਿੰਮਤ ਦੇ ਕੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਨੋਨਾ ਵੀਰ ਇੱਕ ਲੱਤ ਦੇ ਉੱਪਰ ਵਜਨ ਵੀ ਲਾਉਂਦਾ ਪਾਉਂਦਾ ਮਤਲਬ ਆਪ ਜੀ ਨੇ ਦੇਖਣਾ ਆਉਣ ਵਾਲੇ 2-4 ਦਿਨ 10 ਦਿਨ ਮਹੀਨੇ ਦੇ ਵਿੱਚ ਇਹ ਵੀਰ ਆਪਣੇ ਪੈਰਾਂ 'ਤੇ ਚੱਲਦਾ ਹੋਊਗਾ ਜੀ ਬੜੀ ਖੁਸ਼ੀ ਹੋਊਗੀ ਆਪ ਜੀ ਨੂੰ ਵੀ ਸੰਗਤ ਨੂੰ ਵੀ ਦੇਖ ਕੇ ਜਦੋਂ ਇਹ ਵੀਰ ਆਪਣੇ ਦੋਨੇ ਪੈਰਾਂ 'ਤੇ ਚੱਲੂਗਾ ਜੀ ਦਿਲੋਂ ਧੰਨਵਾਦ ਬਸੀ ਪਠਾਣਾ ਦੀ ਸੰਗਤ ਇਸ ਵੀਡੀਓ ਨੂੰ ਘਰ ਘਰ ਜ਼ਰੂਰ ਸ਼ੇਅਰ ਕਰੇ ਕਿਉਂਕਿ ਸਾਰਾ ਸ਼ਹਿਰ ਇਸ ਵੀਰ ਨੂੰ ਜਾਣਦਾ ਕਿੰਨੇ ਸਾਲਾਂ ਤੋਂ ਇਹ ਵੀਰ ਖੜਾ ਨਹੀਂ ਹੋਇਆ ਬਹਿ ਕੇ ਤੁਰਦਾ ਔਰ ਅੱਜ ਤੁਹਾਡੇ ਸਾਹਮਣੇ ਆ ਹਜੇ ਆਪਾਂ ਨੇ ਕੋਈ ਇਲਾਜ ਨਹੀਂ ਸ਼ੁਰੂ ਕੀਤਾ ਹਾਲੇ ਤਾਂ 10 ਘੰਟੇ ਹੋਏ ਨੇ ਇਹਨਾਂ ਨੂੰ ਆਇਆਂ ਨੂੰ ਜੀ ਹਜੇ ਤਾਂ ਕੋਈ ਇਲਾਜ ਨਹੀਂ ਸਿਰਫ ਇੱਕ ਹਿੰਮਤ ਔਰ ਗੁਰੂ ਸਾਹਿਬ ਇਹੋ ਜਿਹੀ ਪੋਜ਼ਿਟਿਵਿਟੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਇਹੋ ਜਿਹੀ ਕਿਰਪਾ ਕਰਦੇ ਨੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਉੱਪਰ ਤਾਂ ਇਹ ਉਹ ਜਿਹੜੀ ਗੁਰੂ ਸਾਹਿਬ ਦੀ ਕਿਰਪਾ ਕੰਮ ਕਰ ਰਹੀ ਆ ਜੀ ਤੁਸੀਂ ਦੇਖੋ ਇੱਕ ਲੱਤ ਦੇ ਉੱਪਰ ਨੋਨਾ ਵੀਰ ਖੜਾ ਇਸ ਟਾਈਮ ਆਪ ਜੀ ਨੇ ਦੇਖਿਆ ਔਰ ਇਸ ਟਾਈਮ ਅਸੀਂ ਨੋਨੇ ਵੀਰੇ ਬਹਿ ਜਾਓ ਪਹਿਲਾਂ ਆਪ ਜੀ ਬਹਿ ਜਾਓ ਲਿਆ ਮੈਂ ਬਿਠਾਵਾਂ ਡਿੰਪਲ ਉਧਰੋਂ ਹੱਥ ਪਾ ਵੀਰੇ ਨੋਨੇ ਨੂੰ ਬਹਿ ਕੇ ਦਿਖਾਓ ਥੱਲੇ ਬਹਿ ਜਾਓ ਥੱਲੇ ਵੀਰੇ ਬਹਿ ਜਾਓ ਥੱਲੇ ਵੀਰੇ ਬਹਿ ਜਾਓ ਲਿਆ ਹਾਂ ਬਹਿ ਜਾਓ ਵੀਰੇ ਬਹਿ ਜਾਓ ਵੀਰੇ ਹਾਂ ਬਹਿ ਜਾਓ ਲਓ ਵੀਰੇ ਠੀਕ ਹੈ ਬਹਿ ਜਾਓ ਤੁਹਾਡਾ ਗਲਾਸ ਤੁਹਾਡੇ ਪਿੱਛੇ ਪਿਆ ਠੀਕ ਹੈ ਵੀਰੇ ਬਹਿ ਜਾਓ ਆ ਗਲਾਸ ਰੱਖ ਦਿਓ ਔਰ ਸੰਗਤ ਜੀ ਇਸ ਟਾਈਮ ਅਸੀਂ ਲਚਕਾਣੀ ਪਿੰਡ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਆ ਜੀ ਇੱਥੇ 100 ਮੈਂਬਰ ਸੰਗਤ ਜੀ ਰਹਿ ਰਹੇ ਆਪ ਜੀ ਆਉਂਦੇ ਜਾਂਦੇ ਜ਼ਰੂਰ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਔਰ ਇੱਥੇ ਸਪੋਰਟ ਆ ਜਿਹੜੀ ਉਹ ਸੰਗਤ ਦੀ ਆ ਸੰਗਤ ਹੀ ਚੀਜ਼ਾਂ ਜਿਹੜੀਆਂ ਉਰੇ ਭੇਜਦੀ ਆ ਜੀ ਕੋਈ ਇੱਟਾਂ ਕੋਈ ਰੇਤਾ ਬਜਰੀ ਸਮਿੰਟ ਸਰੀਆ ਜੋ ਵੀ ਚੀਜ਼ਾਂ ਦੀ ਇੱਥੇ ਲੋੜ ਹੁੰਦੀ ਆ ਸੰਗਤ ਦਾ ਤਹਿ ਦਿਲੋਂ ਧੰਨਵਾਦ ਜਿਹੜੀਆਂ ਭੈਣ ਭਰਾ ਸਾਡੇ ਲਈ ਅਰਦਾਸਾਂ ਕਰਦੇ ਨੇ ਘਰਾਂ 'ਚ ਬੈਠੇ ਇਹ ਉਹਨਾਂ ਅਰਦਾਸਾਂ ਸਦਕੇ ਹੀ ਅੱਜ ਨੋਨਾ ਸਿਰਫ 10 ਘੰਟੇ ਇਸ ਵੀਰ ਨੂੰ ਆਏ ਨੂੰ ਹੋਏ ਨੇ ਜਿਸ ਵੀਰ ਦੀਆਂ ਲੱਤਾਂ ਨਹੀਂ ਖੁੱਲਦੀਆਂ ਸੀ ਇੱਕ ਲੱਤ ਉਸ ਵੀਰ ਦੀ ਇਸ ਟਾਈਮ ਵੀ ਖੁੱਲਦੀ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਔਰ ਇਹ ਬਾਪੂ ਜੀ ਵੀ ਕਿਸੇ ਟਾਈਮ ਮੈਂ ਕਹੂੰਗਾ ਨੇੜੇ ਆ ਕੇ ਦਿਖਾਇਆ ਜਾਵੇ ਇਹ ਬਾਪੂ ਜੀ ਵੀ ਕਦੇ ਵੀ ਨਹੀਂ ਚੱਲਦੇ ਸੀਗੇ ਬੈਠੇ ਹੀ ਰਹਿੰਦੇ ਸੀਗੇ ਇਹ ਬਾਪੂ ਜੀ ਵੀ ਚੱਲਦੇ ਫਿਰਦੇ ਨੇ ਅਸੀਂ ਪਟਿਆਲੇ ਇਹਨਾਂ ਨੂੰ ਬਾਪੂ ਜੀ ਖੜੇ ਹੋ ਕੇ ਦਿਖਾਇਓ ਤੁਸੀਂ ਮਾਡਲ ਟਾਊਨ ਦੇ ਵਿੱਚੋਂ ਲੈ ਕੇ ਆਏ ਸੀ ਜੀ ਲੈ ਮੈਨੂੰ ਹੱਥ ਪਾ ਲਓ ਜੀ ਹਾਂਜੀ ਇਹ ਵੀ ਡਰਦੇ ਤੁਰਦੇ ਨਹੀਂ ਸੀਗੇ ਜੀ ਲੱਤਾਂ ਇਹਨਾਂ ਦੀਆਂ ਵੀ ਜਿਹੜੀਆਂ ਔਕੜੇ ਨੋਨੇ ਵਾਂਗੂ ਸੀਗੀਆਂ ਜੀ ਆਪ ਜੀ ਦੇਖੋ ਅੱਜ ਇਹ ਦੋਨੇ ਪੈਰਾਂ 'ਤੇ ਖੜੇ ਨੇ ਸੰਗਤ ਜੀ
ਔਰ ਇੱਦਾਂ ਹੀ ਨੋਨਾ ਵੀ ਵੀਰ ਇੱਕ ਦਿਨ ਜ਼ਰੂਰ ਆਪਣੇ ਪੈਰਾਂ 'ਤੇ ਚੱਲੂਗਾ ਜੀ। ਔਰ ਤੁਸੀਂ ਸਾਰੇ ਭੈਣ ਭਰਾਵਾਂ ਨੇ ਘਰਾਂ 'ਚ ਬੈਠੇ ਨੇ, ਅਰਦਾਸਾਂ ਕਰਨੀਆਂ ਨੇ ਤਾਂ ਜੋ ਇਹ ਵੀਰ ਠੀਕ ਹੋ ਕੇ ਆਪਣੇ ਘਰ ਜਾ ਸਕੇ ਜੀ। ਧੰਨਵਾਦ ਜੀ, ਹੱਸਦੇ ਵਾਦੇ ਰਹੋ, ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਹਾਂਜੀ ਸੰਗਤ ਜੀ, ਇਹ ਮੁਖਤਿਆਰ ਸਿੰਘ ਮੁੱਖਾ ਜੀ, ਇਸ ਵੀਰ ਨੂੰ ਅਸੀਂ ਬੱਸੀ ਪਠਾਣਾ ਤੋਂ ਹੀ ਲੈ ਕੇ ਆਏ ਸੀਗੇ ਜੀ। ਉਸ ਵਕਤ ਦੇ ਹਾਲਾਤ ਸਾਰੇ ਸ਼ਹਿਰ ਨੂੰ ਪਤਾ, ਕਿਵੇਂ ਵੀਰ ਲੋਕਾਂ ਨੂੰ ਰੋੜਿਆਂ ਨਾਲ ਮਾਰਦਾ ਸੀ ਔਰ ਉੱਪਰ ਥੁੱਕਦਾ ਸੀ ਔਰ ਗਾਲਾਂ ਕੱਢਦਾ ਸੀ। ਆਪ ਜੀ ਨੇ ਸਾਰੇ ਭੈਣ ਭਰਾਵਾਂ ਨੇ ਉਸ ਵੀਡੀਓ ਨੂੰ ਵੀ ਦੇਖਿਆ, ਜਿਹੜੇ ਵੀਰਾਂ ਨੇ ਨਹੀਂ ਵੀਡੀਓ ਨੂੰ ਦੇਖਿਆ ਉਹ ਦੁਬਾਰ ਤੋਂ ਜਿਹੜਾ ਖੋਲ੍ਹ ਕੇ ਵੀਡੀਓ ਨੂੰ ਜ਼ਰੂਰ ਦੇਖਣ ਜੀ, ਤਾਂ ਜੋ ਆਪ ਜੀ ਨੂੰ ਇਹਨਾਂ ਦੇ ਹਾਲਾਤ ਪਤਾ ਲੱਗਣ। ਔਰ ਅੱਜ ਇਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਨੇ, ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ। ਬੜੀ ਗੁਰੂ ਸਾਹਿਬ ਦੀ ਕਿਰਪਾ ਇਹਨਾਂ 'ਤੇ, ਬੜੇ ਸ਼ਾਂਤ ਨੇ, ਦਵਾਈ ਚੱਲ ਰਹੀ ਹੈ ਸੰਗਤ ਜੀ, ਔਰ ਆਰਾਮ ਨਾਲ ਆਪਣੀ ਜ਼ਿੰਦਗੀ ਜੀ ਰਹੇ ਨੇ ਜੀ। ਸਾਰੇ ਭੈਣ ਭਰਾਵਾਂ ਨੇ ਹੁਣ ਅਰਦਾਸਾਂ ਕਰਨੀਆਂ ਨੇ ਤਾਂ ਜੋ ਇਸ ਸੰਸਥਾ ਦੇ ਸਿਰ 'ਤੇ ਮਹਾਰਾਜ ਹੋਰ ਕਿਰਪਾ ਕਰ ਦੇਣ, ਆਪਾਂ ਇਸ ਨੂੰ ਬਹੁਤ ਵੱਡੇ ਪੱਧਰ 'ਤੇ ਲਿਜਾ ਕੇ ਹੋਰ ਮੁਖਤਿਆਰ ਸਿੰਘ ਮੁੱਖੇ ਵਰਗੇ ਵੀਰਾਂ ਦੀ ਮਦਦ ਕਰ ਸਕੀਏ, ਨੋਨੇ ਵਰਗੇ ਵੀਰਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹਾ ਕਰ ਸਕੀਏ। ਇਹ ਚੀਜ਼ਾਂ ਔਰ ਦੁਆਵਾਂ ਨਾਲ ਹੀ ਹੋਣਗੀਆਂ ਸੰਗਤ ਜੀ। ਜਦੋਂ ਸੰਗਤ ਦੁਆਵਾਂ ਕਰਦੀ ਹੈ ਤਾਂ ਫਿਰ ਉਹ ਇਸ ਸੰਸਥਾ ਨੂੰ ਬਹੁਤ ਵੱਡੇ ਪੱਧਰ 'ਤੇ ਲੈ ਕੇ ਜਾਣਗੇ ਜੀ। ਔਰ ਆਪ ਜੀ ਵੀ ਆਉਂਦੇ ਜਾਂਦੇ ਲਚਕਾਣੀ ਪਿੰਡ ਮੁਖਤਿਆਰ ਸਿੰਘ ਵਰਗੀਆਂ ਰੂਹਾਂ ਨੂੰ ਜ਼ਰੂਰ ਮਿਲਣ ਆਇਆ ਕਰੋ ਤਾਂ ਜੋ ਹੌਸਲਾ ਮਿਲ ਸਕੇ ਜੀ। ਧੰਨਵਾਦ, ਹੱਸਦੇ ਵਹਾਦੇ ਰਹੋ। ਔਰ ਆਪ ਜੀ ਨੇ ਸਾਰਿਆਂ ਨੇ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ ਨੂੰ ਤਾਂ ਜੋ ਘਰ ਘਰ ਇਸ ਗੱਲ ਦਾ ਪਤਾ ਲੱਗੇ ਵੀ ਮੁਖਤਿਆਰ ਸਿੰਘ ਮੁੱਖਾ ਅੱਜ ਚੰਗਾ ਜੀਵਨ ਜਿਹੜਾ ਜੀ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਸਰਦਾਰ ਜੀ ਨੂੰ ਇੱਕ ਮੁਸਲਮਾਨ ਦਾ ਸਲਾਮ ਹੈ ਯਾਰ। ਇਸੇ ਕਰਕੇ ਹੀ ਮੈਂ ਸਿੱਖਾਂ ਸਰਦਾਰਾਂ ਨੂੰ ਕਹਿਣਾ ਹੈ ਕਿ ਸਿੰਘ ਇਜ਼ ਕਿੰਗ। ਸਿੰਘ ਜਿਹੜੇ ਨੇ ਉਹ ਰਾਜੇ ਨੇ, ਕਿਉਂਕਿ ਇਹ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦੇ ਨੇ। ਦੇਖੋ ਜੀ, ਦੀਪਕ ਕੁਮਾਰ ਇੱਕ ਹਿੰਦੂ ਜਿਹੜਾ 18 ਸਾਲ ਤੋਂ ਸੜਕਾਂ ਦੇ ਉੱਤੇ ਰੋਲ ਰਿਹਾ ਸੀ ਤੇ ਇੱਕ ਸਿੱਖ ਸਰਦਾਰ ਜੀ ਨੇ ਉਹਨਾਂ ਨੂੰ ਉਠਾ ਕੇ ਆਸ਼ਰਮ ਦੇ ਵਿੱਚ ਲੈ ਗਏ ਤੇ ਜਾ ਕੇ ਉਹਨਾਂ ਦੀ ਸੇਵਾ ਕੀਤੀ ਤੇ ਜਦੋਂ ਉਹਨਾਂ ਦੀ ਸੇਵਾ ਕੀਤੀ ਤੇ ਫਾਈਨਲੀ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਗਿਆ। ਦੇਖੋ ਜੀ, ਸਿੱਖਾਂ ਸਰਦਾਰਾਂ ਦੀ ਇਹ ਸੇਵਾ ਜਿਹੜੀ ਹੈ ਇਹ ਬਹੁਤ ਹੀ ਵਧੀਆ ਸੇਵਾ ਹੈ। ਮੈਨੂੰ ਇਹ ਸੇਵਾ ਜਿਹੜੀ ਹੈ ਬਹੁਤ ਚੰਗੀ ਲੱਗਦੀ ਹੈ, ਬਹੁਤ ਵਧੀਆ ਲੱਗਦੀ ਹੈ। ਔਰ ਜਦੋਂ ਦਾ ਮੈਂ ਵੀਡੀਓਜ਼ ਦੇਖਣ ਦਿਆਂ ਤੇ ਮੈਂ ਇੱਕ ਦਿਲ ਦੇ ਵਿੱਚ ਤਹੱਈਆ ਕੀਤਾ ਹੈ, ਇੱਕ ਇਰਾਦਾ ਕੀਤਾ ਹੈ ਕਿ ਮੈਂ ਵੀ ਐਵੇਂ ਦੀ ਇੱਕ ਸੇਵਾ ਸੁਸਾਇਟੀ ਜਿਹੜੀ ਹੈ ਉਹ ਲਹਿੰਦੇ ਪੰਜਾਬ ਦੇ ਵਿੱਚ ਜ਼ਰੂਰ ਬਣਾਵਾਂਗਾ। ਔਰ ਉਸ ਸੁਸਾਇਟੀ ਵਾਸਤੇ ਮੈਂ ਬਹੁਤ ਸਾਰੇ ਕੰਮ ਜਿਹੜੇ ਹੈ ਉਹ ਕਰ ਵੀ ਚੁੱਕਿਆ ਹੈ। ਯਾਨੀ ਕਿ ਹਜੇ ਤੀਕਰ ਪ੍ਰੋਪਰ ਤੌਰ ਤੇ ਉਹ ਸੁਸਾਇਟੀ ਉਹ ਜਗ੍ਹਾ ਤੇ ਨਹੀਂ ਬਣ ਸਕੀ, ਲੇਕਿਨ ਜਿੱਥੇ ਵੀ ਮੈਂ ਕੋਈ ਗਰੀਬ ਦੇਖਦਾ, ਜਿੱਥੇ ਵੀ ਇੰਜ ਦਾ ਸੜਕ ਦੇ ਉੱਤੇ ਬੈਠਾ ਬੰਦਾ ਦੇਖਦਾ, ਉਸ ਬੰਦੇ ਦੀ ਜਿਹੜੀ ਸੇਵਾ ਹੈ ਉਹ ਮੈਂ ਜ਼ਰੂਰ ਕਰਦਾ। ਔਰ ਇਹ ਗੱਲ ਮੈਨੂੰ ਸਿੱਖ ਵੀਰਾਂ ਤੋਂ ਸਿੱਖ ਨੂੰ ਮਿਲੀ ਹੈ ਕਿ ਸਿੱਖ ਵੀਰ ਜਿਹੜੇ ਨੇ ਉਹ ਕਿੰਝ ਇਨਸਾਨੀਅਤ ਦੀ ਸੇਵਾ ਕਰਦੇ ਨੇ। ਬਾਕੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੇਰੀ ਕਮਾਈ ਵਧੇਗੀ ਉਸੇ ਤਰ੍ਹਾਂ ਹੀ ਮੈਂ ਇਨਸਾਨੀਅਤ ਦੀ ਸੇਵਾ ਜਿਹੜੀ ਹੈ ਉਹ ਜ਼ਿਆਦਾ ਕਰਦਾ ਜਾਵਾਂਗਾ। ਬਾਕੀ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਐਂਡ ਦੇ ਉੱਤੇ ਮੈਂ ਸਿੱਖ ਸਰਦਾਰ ਜੀ ਨੂੰ ਇੱਕ ਵਾਰ ਫਿਰ ਸਲਾਮ ਕਰਦਾ ਹੈ। ਤੇ ਇਹ ਸੀ ਮੇਰੀ ਅੱਜ ਦੀ ਵੀਡੀਓ। ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸਦਾ ਹੈ, ਜੋ ਆਪ ਜੀ ਨੂੰ ਲੱਗਦਾ ਹੈ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।